ਗੁਣਾ ਨੀ ਛੁਟਕਾਰਾ, ਗੁਣਾ ਨੀ ਛੁਟਕਾਰਾ।
ਛੁਟਕਾਰਾ ਨਾਮ ਦੇ ਜਪੇ ਬਿਨਾ ਗੁਣਾ ਨੀ ਛੁਟਕਾਰਾ ਨਾਮ ਦੇ ਜਪੇ ਛੁਟਕਾਰਾ ਨਾਮ ਦੇ ਜਪੇ ਬਿਨਾ ਹੋਣਾ ਨੀ ਛੁਟਕਾਰਾ ਨਾਮ ਦੇ ਜਪੇ ਬਿਨਾ ਭਾਈ ਹੋਣਾ ਜੈ ਮਾਤ ਪਿਤਾ ਸੁਤ ਮੀਤਨ ਭਾਈ ਮਨ ਮੂਹਾ ਨਾਮ ਜੈ ਮਹਾ ਪ੍ਰਯਾਨ ਦੂਤ ਜਮ ਦਲ ਤੈ ਕੇਵਲ ਨਾਮ ਨਾਮ ਨੇ ਸਹਾਇਤਾ ਕਰਨੀ ਨਾਮ ਨੇ ਸਹਾਇਤਾ ਕਰਨੀ ਜਿੱਥੇ ਨੀ ਕੋਈ ਮਾਤ ਪਿਤਾ ਤੇਰਾ ਜਿੱਥੇ ਨੀ ਕੋਈ ਮਾਤ ਪਿਤਾ ਉੱਥੇ ਨਾਮ ਨੇ ਪਿਤਾ ਸੁਤ ਮੀਤਨ ਭਾਈ ਮਨ ਮੂਹਾ ਨਾਮ ਤੇਰੇ ਸੰਗ ਜੈ ਮਹਾ ਪ੍ਰਯਾਨ ਦੂਤ ਜਮ ਦਲ ਤੈ ਕੇਵਲ ਨਾਮ ਸੰਗ ਤੇਰੇ ਜੈ ਮੁਸ਼ਕਲ ਅਤ ਪਾਸ ਹਰ ਕੋ ਨਾਮ ਤਿਨ ਮਾਹੀ ਅਨਕੁਨ ਹੈ ਕਰ ਨਹੀਂ ਚਰ ਹਰ ਕੋ ਨਾਮ ਝੂਠ ਬਾਪ ਪਰ
ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਨਾਮ ਜਪ ਮਨ ਮੇਰੇ ਗੁਰਮੁਖ ਨਾਮ ਜਪ 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 ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਦੁੱਖ ਕਨੇਰ ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਗੁਰਮੁਖ ਪਿਆਰ ਦਾ ਸ਼ਬਦ ਔਰ ਗੁਰੂ ਦਾ ਸਰੂਪ ਗੁਰਮੁਖ ਹੈ। ਆਪ ਬੜੇ ਪਿਆਰ ਨਾਲ ਅੱਜ ਨਗਰ ਵੜਵਰ ਦੀ ਮਿੱਠੇ ਸ਼ਬਦਾਂ ਨਾਲ ਜੋ ਇੱਕ ਰਹਿਣੀ ਸਹਿਣੀ ਕਹਿਣੀ ਅਤੇ ਮਨ ਵਚ ਕਰਮ ਵਿੱਚ ਪੂਰੇ ਉਤਰਨ ਵਾਲਾ ਔਰ ਗੁਪਤ ਵਸਤੂਆਂ ਨੂੰ ਜਿਨ੍ਹਾਂ ਦੇ ਬਾਰੇ ਪਰਮੇਸ਼ਰ ਜਾਣਦਾ ਹੈ ਜਾਂ ਦਸ਼ਮੇਸ਼ ਪਿਤਾ ਜੀ ਦਾ ਹੁਕਮ ਹੈ ਉਹਨਾਂ ਸ਼ਬਦਾਂ ਨਾਲ ਕਿਉਂਕਿ ਇਕਾਂਤ ਦੇਸ਼ ਵਿੱਚ ਕੋਈ ਸਮਾਂ ਹੁੰਦਾ ਅਨੁਭਵ ਦੇ ਵਚਨ ਬੋਲਣ ਦਾ ਜਿਨ੍ਹਾਂ ਪਿਆਰਿਆਂ ਨੇ 24ਵੇਂ ਅਵਤਾਰ ਦੀ ਕਥਾ ਸੁਣੀ ਉਹਨਾਂ ਦਾ ਵਿਚਾਰ ਦਸ਼ਮੇਸ਼ ਪਿਤਾ ਦੇ ਵਚਨਾਂ ਨਾਲ ਔਰ ਕੱਲ੍ਹ ਵੀ ਬਾਬਾ ਜੈਪਾਲ ਸਿੰਘ ਜੀ ਦਾ ਸਥਾਨ ਦਸ਼ਮੇਸ਼ ਪਿਤਾ ਸੰਤਾਂ ਦੇ ਰੂਪ ਵਿੱਚ ਹਜ਼ੂਰ ਸਾਹਿਬ ਤੋਂ ਮੁੜ ਚਿੜੀ ਸੀ ਉਸ ਵੇਲੇ ਨਾਭਾ ਨਾਭੇ ਸ਼ਹਿਰ ਵਿੱਚ ਅੱਜ ਉਹ ਸਥਾਨ ਆ ਚੁੱਕਿਆ ਹੈ ਜਿਸ ਨੂੰ ਸਿਰੋਪਾ ਸਾਹਿਬ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਘੋੜਿਆਂ ਵਾਲਾ ਅੱਜ ਉਸਦੀ ਕਾਰ ਸੇਵਾ ਪ੍ਰਾਰੰਭ ਹੈ। ਉਹ ਵੀ ਸੰਤ ਗੁਰਮੁਖ ਸਿੰਘ ਜੀ ਦਾਦਾ ਗੁਰਦੇਵ ਬਾਬਾ ਬੀਰਮਦਾਸ ਦੀ ਬਖਸ਼ਿਸ਼ ਨਾਲ ਸੇਵਾ ਅੱਜ ਭਾਰਤ ਭੂਮੀ 'ਤੇ ਸਾਰੇ ਕਰਾਉਂਦੇ ਹਨ। ਕੋਈ ਸਥਾਨ ਨਹੀਂ ਰਿਹਾ ਔਰ ਉਸ ਸਥਾਨ 'ਤੇ ਵੀ ਗੁਪਤ ਵਸਤੂਆਂ ਔਰ ਦਸ਼ਮੇਸ਼ ਪਿਤਾ ਦੀਆਂ ਅਮੋਲਕ ਵਸਤੂਆਂ ਪਈਆਂ ਸਨ।
ਬੇਸ਼ੱਕ ਨਗਾਰੇ ਆਪਣੀ ਅਵਸਥਾ ਦੇ ਨਾਲ ਨਸਤਾਨੇ ਹੋ ਚੁੱਕੇ ਹਨ, ਕਿਸੇ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੂੰ ਮੜਾ ਲਵੇ। ਪਰ ਹਜ਼ੂਰ ਦਾ ਹੁਕਮ ਹੈ, ਜਦੋਂ ਜੋਤ ਨੇ ਆਉਣਾ, ਤਿੰਨ ਸਰੂਪ ਨੇ ਉਹ, ਕਲਕੀ, ਅਰਜ਼ੂ, ਨੇਕ ਲੰਕ। ਨੇਕ ਲੰਕ ਵਜੇ ਡੰਕ, ਆਪੇ ਹੀ ਵੱਜਣੇ ਨੇ ਉਹ ਵਸਤੂਆਂ ਨੇ, ਤਾਂ ਆਪੇ ਹੀ ਪ੍ਰਗਟ ਹੋ ਜਾਣਾ। ਸਮਾਂ ਹੁੰਦਾ ਹੈ ਜਿਸਨੇ ਜਗਾਉਣਾ। 24ਵੇਂ ਅਵਤਾਰ ਦਾ ਆਉਣਾ, ਜਿਨ੍ਹਾਂ ਦੀ ਕਥਾ ਦਸਮ ਔਰ ਸ੍ਰੀਮਦ ਭਗਵਤ ਪੁਰਾਣ ਵਿੱਚ ਵੀ ਲਿਖੀ ਹੈ। 23 ਅਵਤਾਰੇ ਆਏ ਨੇ, ਇਹ ਕੋਈ ਲੁਕੀ ਛੁਪੀ ਗੱਲ ਨਹੀਂ। ਜਿਵੇਂ ਗੁਰਬਾਣੀ 'ਚ ਕਹਿ, ਗੁੱਝੀ ਛੰਝੀ ਨਾਹੀਂ ਬਾਤ। ਸਮਾਂ ਆਊਗਾ, ਨੇਕ ਲੰਕ ਵਜੇ ਡੰਕ, ਫਿਰ ਉਦੋਂ ਥੋੜ੍ਹਾ ਜਿਹਾ, ਕਿਉਂਕਿ ਮੈਂ ਨਾਮ 'ਤੇ ਜੋ ਸ਼ਬਦ ਜਿਹਨੂੰ ਕਹੇ ਵੀ ਮਰਦਾਨਿਆ ਛੇੜ ਰਬਾਬ, ਉਸ ਰਬਾਬ ਦੀ ਤਾਰ ਵਿੱਚੋਂ ਆਵਾਜ਼ ਕੀ ਆਉਂਦੀ ਸੀ, ਤੂੰ ਨਿਰੰਕਾਰ, ਤੂੰ ਨਿਰੰਕਾਰ, ਤੂੰ ਨਿਰੰਕਾਰ ਦੇ ਸ਼ਬਦ ਨਾਲ ਗੁਰੂ ਨਾਨਕ ਸਾਹਿਬ ਆਪਦਾ ਸੁਰ ਤਾਲ ਹੋ ਕੇ ਮੇਲ, ਸੁਰ ਤਾਲ ਅਤੇ ਮੇਲ। ਉੱਥੇ ਜੋੜੀਆਂ ਜਾਂ ਮਰਦੰਗ ਵਜਾਉਣ ਵਾਲਾ ਨਹੀਂ ਸੀ ਹੁੰਦਾ, ਬਸ ਗੁਰੂ ਨਾਨਕ ਆਪ ਹੀ ਜਾਣਦੇ ਨੇ ਗੁਰੂ ਘਰ ਦੀ ਜਿਹੜੀ ਸ਼ਕਤੀ ਹੈ, ਔਰ ਆਪਦੇ ਪਵਿੱਤਰ ਸੁੰਦਰ ਗਲੇ ਤੋਂ ਜੋ ਅਲਾਪ ਕਰਦੇ ਸਨ। ਕਈ ਦਫ਼ਾ ਆਪ ਬਜ਼ੁਰਗਾਂ ਤੋਂ ਸਮੇਂ 'ਚ ਜਿਹਨਾਂ ਨੇ ਦਰਸ਼ਨ ਕੀਤੇ ਸੰਤ ਮਹਾਰਾਜ ਦੇ, ਕਿ ਸਹਿਜ ਮਾਲਵਈ ਕੀਰਤਨ ਤਾਂ ਇਹ ਧੁਨਾਂ ਨਾਲ ਹੁੰਦਾ, ਜੇ ਕਦੀ ਆਪਦੀ ਮੌਜ ਵਿੱਚ ਮਹਾਰਾਜ ਆ ਜਾਂਦੇ। ਔਰ ਇੱਥੇ ਨਹੀਂ, ਸ਼ਿਵਿਆ ਸਾਹਿਬ, ਉਹ ਰਾਮਨਗਰੀ, ਉੱਥੇ ਵੀ ਕੋਠੀ ਸਾਹਿਬ 'ਚ ਆਖਰਲੇ ਪਿਛਲੇ ਦਿਨਾਂ ਵਿੱਚ ਜਿੰਨੇ ਵਿਹੰਗਮ ਸਾਧੂ ਸੰਤ ਸਨ, ਸਭ ਨੂੰ ਇਹ ਵਚਨ ਕਰ ਦਿੱਤਾ ਸੀ ਮਹਾਰਾਜ ਨੇ, ਜਿਵੇਂ ਕਾਨੜਾ ਰਾਗ ਦੀ ਉਪਮਾ ਕੀਤੀ ਹੈ। ਕੋਈ ਰਾਗੀ ਰਾਗ ਚਾਹੁੰਦਾ, ਕੋਈ ਵਸਤੂ, ਕਿਸੇ ਨੂੰ ਕੋਈ ਲੋੜ ਹੈ, ਅੱਜ ਇਹ ਨਾ ਕਹਿ ਦਿਓ ਵੀ ਅਸੀਂ ਐਡੇ ਮਹਾਂਪੁਰਖਾਂ ਨਾਲ ਰਹੇ, ਅਸੀਂ ਕੁਛ ਸਿੱਖਿਆ ਨਾ। ਇਹ ਚੈਲੰਜ ਕੀਤਾ ਹੁੰਦਾ, ਜਿਵੇਂ ਫੁੱਟ ਲਾਈਨ ਖਿੱਚ ਦਿੱਤੀ, ਤੁਹਾਡੇ ਵਿੱਚ ਕੋਈ ਭੁਲੇਖਾ ਨਾ ਰਹਿ ਜੇ, ਜੋ ਵੀ ਕੋਈ ਚਾਹੁੰਦਾ ਉਹ ਆ ਕੇ ਪੁੱਛ ਲਓ। ਹੁਣ ਬਾਕੀ ਕੀ ਗੱਲ ਰਹਿ ਗਈ, ਕੋਈ ਮਰਜ਼ੀ ਪੁੱਛ ਲਓ, ਰਾਗ, ਨਾਦ, ਨਾਮ, ਸ਼ਬਦ, ਕੋਈ ਉਮੰਗ ਕਰ ਲਓ। ਖੁੱਲ੍ਹੇ ਭੰਡਾਰੇ ਸੰਤ ਮਹਾਰਾਜ ਨੇ ਵਰਤਾ ਦਿੱਤੇ, ਇਹਨੂੰ ਅੱਗੇ ਬਾਕੀ ਕੀ ਆਖਾਂਗੇ। ਔਰ ਕਈ ਸੰਤ ਤੇਜਾ ਸਿੰਘ ਜੀ ਨੇ ਵੀ ਸਾਨੂੰ ਫਿਰ ਆਪ ਮਹਾਰਾਜ ਨੇ ਬੈਠ ਕੇ ਉਹ ਸਰਗਮਾ, ਜਿਹਨੂੰ 35 ਅਸੀਂ ਅੱਖਰਾਂ ਵਿੱਚ ਕਹਿ ਦਿੰਦੇ ਹਾਂ, 35 ਸਾਰੇ ਗਾਵਾਂ ਪਾਦਾ ਨਹੀਂ, ਸੱਤੇ ਸੁਰਾਂ, ਫਿਰ ਰਾਗ ਦੀਆਂ ਧੁਨਾਂ, ਆਓ ਫਿਰ ਆਪ ਅਲਾਪਣਾ ਸੰਤ ਮਹਾਰਾਜ ਨੇ ਅਲਾਪ। ਜਦੋਂ ਜੇ ਦੀਵਾਨ ਵਿੱਚ ਆਉਂਦੇ, ਆਪਦੀ ਮੌਜ ਵਿੱਚ ਆ ਜਾਂਦੇ, ਇੱਕ ਗਤ ਵਜਾਈ ਜਾਂਦੀ ਹੈ, ਗਤਾਂ ਵੀ ਜਿਸ ਤਰ੍ਹਾਂ ਮਰਦੰਗ ਦੀ ਹੈ, ਇੱਧਰ ਧਾਮੇ ਨੇ ਤਾਂ ਤਾਂ ਥਾਂ ਹੋਣੀ ਹੈ, ਉੱਧਰ ਤਾਲ ਹੈ, ਤਾਲ ਵਿੱਚ ਗਤ ਵੱਜਦੀ ਹੈ, ਔਰ ਉਸ ਗਤਾਂ ਵਿੱਚੋਂ ਹੀ ਆਵਾਜ਼ਾਂ ਨੇ, ਉਹਦੇ ਧਾ ਦਿਨਾ ਤਰਾ ਤ੍ਰਿਗਟ ਦਿਨਾ ਧਾ, ਐਸੇ ਸ਼ਬਦ ਨੇ, ਮੈਂ ਤਾਂ ਜਾਣਦਾ ਨਹੀਂ ਵੈਸੇ, ਪਰ ਉਸਦੇ ਵਿੱਚੋਂ ਹੀ ਪਿੰਗਲ ਬਣੀ,
ਪਿੰਗਲ ਤੋਂ ਕਾਵ ਬਣੇ ਆ, ਕਾਵ ਤੋਂ ਰਾਗ, ਰਾਗ ਤੋਂ ਨਾਦ, ਨਾਦ ਤੋਂ ਫਿਰ ਕਹਿਰ ਸੁਰ ਤਾਲ, ਫਿਰ ਮੇਲ ਹੋ ਗਿਆ ਜਿੱਥੇ ਚਾਹੁੰਦੇ ਨੇ। ਇਹ ਤਾਲ ਹੈ ਜਿਹਨੂੰ ਇਹ 35 ਆ ਗਈ, ਉਹ ਕਾਵ ਵਿੱਚ ਵੀ ਜਲਦੀ ਹੀ ਪਾਸ ਹੋ ਜਾਂਦਾ ਹੈ। ਔਰ ਇਹ ਘਰ ਫਿਰ ਕਿੰਨੇ ਘਰਾਂ 'ਚ ਗਾਇਆ ਗਿਆ, ਔਰ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁੱਕਾ ਦੋ ਤੁੱਕਾ ਜੇ ਕੁਦਰਤੀ ਦੋ ਅਖੰਡ ਪਾਠਾਂ ਦੇ ਭੋਗ ਦੋ ਥਾਂ ਪਾ ਕੇ ਕੁਛ ਸ਼ਬਦ ਕਿ ਘਰ ਦੂਜਾ ਚੌਕ ਦੇ ਕਈ ਬੈਠੇ ਸੀ, ਉਹਨਾਂ ਨੂੰ ਘਰਾਂ ਦੇ ਬਾਰੇ ਵੀ ਮੈਂ ਬੋਲਿਆ ਵੀ ਕਿਉਂਕਿ ਕੈਸਟ ਵਿੱਚ ਸੀ, ਮੂਵੀ ਵੀ ਭਰਦੀ ਸੀ, ਕੋਈ ਐਂ ਨਾ ਕਹੇ ਵੀ ਘਰਾਂ ਦਾ ਤਾਂ ਪਤਾ ਹੀ ਨਹੀਂ ਸੀ, ਘਰ ਕੀ ਹੁੰਦੇ ਨੇ, ਉਹੀ ਘਰ ਮੈਂ ਬੋਲ ਗਿਆ। ਕਿੰਨਿਆਂ ਘਰਾਂ ਵਿੱਚ 17 ਘਰ ਨੇ ਰਾਗ ਦੇ, ਸਾਰੇ 17 ਘਰਾਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਵਿੱਚ ਸਾਹਿਬ ਗੁਰੂ ਮਹਾਰਾਜ ਜੀ ਨੇ ਬਾਣੀ ਉਚਾਰਨ, ਪੰਚਮ ਪਾਤਸ਼ਾਹ ਆ ਗਏ, ਛੇਵਿਆਂ ਨੇ ਨਹੀਂ ਉਚਾਰਨ, ਹੁਕਮ ਨਹੀਂ ਸੀ, ਉਚਾਰਨ ਤਾਂ ਹੋਈ ਹੋਈ ਆ, ਬਾਣੀ ਬਾਹਰ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚਾੜੀ ਗਈ। ਸੱਤਵਿਆਂ ਅੱਠਵਿਆਂ ਦਾ ਨਹੀਂ, ਨੌਵਿਆਂ ਦੀ ਹੈ, ਦਸਵਿਆਂ ਦੇ ਬਾਰੇ ਸਲੋ ਦੋਹਰਾ ਆਉਂਦਾ ਬਲ ਛੁੱਟ ਕੇ। ਇੱਥੇ ਕਈ ਗਿਆਨੀ ਪੁਰਸ਼ਾਂ ਦੇ ਕਈ ਬੀੜਾਂ ਵਿੱਚ ਹੈ ਜਾਂ ਨਹੀਂ, ਵੀ ਮਹਾਰਾਜ ਨੇ ਪਿੰਜਰੇ ਵਿੱਚ ਦਿੱਲੀ ਤੋਂ ਲਿਖ ਦਿੱਤਾ ਗੋਬਿੰਦ ਰਾਏ ਨੂੰ ਪਰਖਿਆ, ਬਲ ਛੁੱਟ ਕੇ ਉਹ ਬੰਧਨ ਪਰੇ ਖੁਸ਼ੂ ਨਾ ਹੋ ਤੋਂ ਪਾਏ। ਕਈ ਸਿੱਖਾਂ ਦੇ ਮਨਾਂ ਵਿੱਚ ਵੀ ਇਹ ਭੁਲੇਖੇ ਪੈ ਗਏ। ਕੋਈ ਹੁਣ ਪੰਜ, ਮੈਂ ਤਾਂ 500 ਤੱਕ ਵੀ ਬੋਲਦਾ ਹੁੰਦਾ, ਹਜ਼ੂਰ ਕਹਿਣ ਲੱਗੇ ਤੁਹਾਡੇ ਵਿੱਚ ਬਲ ਨਹੀਂ ਗਿਆ, ਕੋਈ ਬੰਧਨ ਨਹੀਂ ਪਿਆ ਤੁਹਾਡੇ 'ਤੇ। ਮਹਾਰਾਜ ਕਹਿੰਦੇ ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਓਟ ਹਰ ਗਾਜੋ ਹੋ ਸਹਾਇ। ਹਜ਼ੂਰ ਨੇ ਵੀ ਦਸਵੇਂ ਪਾਤਸ਼ਾਹ ਨੇ ਅੱਗੇ ਉਹ ਜਵਾਬ ਦਿੱਤਾ, ਬਲ ਹੋਵਾ ਬੰਧਨ ਛੁੱਟ। ਇਹਦੇ 'ਤੇ ਕਈ ਗਿਆਨੀ ਲੋਕ ਇਹਨੂੰ ਸਿੱਧ ਕਰਦੇ ਨੇ ਵੀ ਇਹ ਦਸਵੇਂ ਪਾਤਸ਼ਾਹ ਦਾ, ਕਈ ਨਹੀਂ ਵੀ ਨੌਵੇਂ ਪਾਤਸ਼ਾਹ ਦੇ ਬੈਰਾਜ, ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਤੁਹਾਡੇ ਹੱਥ ਵਿੱਚ ਕੀ ਨਹੀਂ, ਸਾਰੇ ਉਪਾਉ ਜੁਗਤੀਆਂ, ਜੋ ਚਾਹੋ ਸੋਈ ਕਰ ਸਕਦੇ ਹੋ, ਸਭ ਕੁਛ ਹੋ ਤੋ ਪਾਏ ਨਾਨਕ, ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋ ਸਾਏ। ਉਹ ਹੋਰ ਨਹੀਂ ਕੋਈ ਹਰੀ, ਉਹ ਭਗਵਾਨ ਕੋਈ ਹੋਰ ਨਹੀਂ। ਦੋ ਦੋਹਰਿਆਂ 'ਚ ਸਵਾਲ ਕੀਤਾ ਗਿਆ, ਔਰ ਕਿਸ ਤਰ੍ਹਾਂ ਭਾਈ ਜੈਤੇ ਦੇ ਹੱਥ ਵਿੱਚ ਵੀ ਕਿਹਾ ਵੀ ਆਹ ਲੈ ਜਾ ਸਲੋਕ ਸਾਡੇ ਸਾਹਿਬਜ਼ਾਦੇ ਨੂੰ ਦੇ ਦੇ, ਔਰ ਇੱਕ ਨਾਰੀਅਲ ਅਤੇ 5 ਪੈਸੇ। ਹੁਣ ਅਸੀਂ ਸਵਾਲ ਡੂੰਘੇ ਤੋਂ ਡੂੰਘੇ ਕਰੀ ਜਾਵਾਂਗੇ, ਕਿੱਥੋਂ ਲਿਆਂਦੇ, ਕਿਵੇਂ ਹੋਏ, ਜਦੋਂ ਸ੍ਰਿਸ਼ਟੀ ਦੇ ਮਾਲਕ ਨੇ ਜੋ ਚਾਹਣ ਸੋਈ ਕੁਛ ਕਰ ਸਕਦੇ ਨੇ। ਕਿ ਇਹ ਅੱਗੇ ਗੁਰਗੱਦੀ ਜਿਹੜੀ ਚੱਲੂ, ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਭੇਟਾ ਕਰਕੇ, ਪਰਿਕਰਮਾ ਕਰਕੇ ਗੁਰਗੱਦੀ ਦੀ ਰਸਮ ਅਦਾ ਕਰ ਦਿਓ। ਪਰ ਉਹ ਵਿਚਾਰ ਵੀ ਐਸੀ ਗੁਰਬਾਣੀ ਦਾ, ਛੇਵੇਂ ਪਾਤਸ਼ਾਹ 6 ਪਾਤਸ਼ਾਹੀਆਂ ਦੀ ਔਰ ਸੱਤਵਿਆਂ ਦੀ ਵੀ ਆ ਗਈ, ਹੁਣ ਦਸਵੇਂ ਪਾਤਸ਼ਾਹ ਦਾ ਜਦੋਂ ਨਾਮ, ਐਸੀ ਬਾਣੀ ਭੱਟਾਂ ਦੇ ਸਵਈਆਂ 'ਚ, ਆਪ ਉਹੀ ਰੂਪ ਹੋ ਸਤਿਯੁਗ ਦੇਵੀ, ਸਤਿਯੁਗ ਤਾਂ ਮਾਣਿਓ ਚਲਿਓ ਬਲ ਬਾਵਨ ਪਾਇਓ, ਅਵਤਾਰਾਂ ਵੱਲ ਤ੍ਰੇਤੇ ਤਾਂ ਮਾਣਿਓ, ਆਪ ਰਾਮ ਬਣੇ, ਆਪ ਹੀ ਸ਼ਾਮ ਬਣੇ, ਆਪ ਹੀ ਨਾਨਕ ਬਣੇ। ਮੈਂ ਗੁਰਮਤ ਇਕੱਠੀ ਕਰਦਾ ਹੋਇਆ ਇਸ ਨੂੰ ਜੋ ਕਹਿ ਗਏ ਵੀ ਗੁਪਤ ਵਸਤੂਆਂ ਪਈਆਂ ਨੇ, ਪਈਆਂ ਹਨ ਜ਼ਰੂਰ, ਜੇ ਅੱਜ ਮੈਂ ਹੁਣ ਛੇੜਾ ਛੇੜ ਲਵਾਂ ਮੇਰੇ ਉਦਾਲੇ ਹੋ ਲੈਣਗੇ। ਮੇਰੇ ਉਦਾਲੇ ਕੌਣ ਕੌਣ, ਮੇਰੇ ਉਦਾਲੇ ਤਾਂ ਉਹੀ ਸਰਕਾਰ ਹੋ ਜੂਗੀ, ਇੱਥੋਂ ਪੱਟੋ ਕੀ ਕਰੋਗੇ ਸ਼ਾਸਤਰੇ। ਉਸ ਸਮੇਂ ਨਹੀਂ ਇਹੋ ਜਿਹਾ ਸਮਾਂ ਪਲਟਾ ਖਾ ਜਾਊਗਾ ਉਸ ਵੇਲੇ,
ਇਹ ਤਾਂ ਇਹ ਨਹੀਂ ਮੈਂ ਕਹਿ ਸਕਦਾ ਜੀ ਵੀ ਕਿੰਨਾ ਕੁ ਸਮਾਂ ਪਿਆ ਜਦੋਂ ਨਾਲ ਕਿੰਨੀਆਂ ਕੁ ਫੌਜਾਂ ਉੱਠਣ ਗਈਆਂ। ਤੁਮਰੀ ਗੱਤ ਮੈਂ ਤੁਮ ਹੀ ਜਾਣੀ ਨਾਲ, ਉਹ ਤਾਂ ਇੱਕ ਸ਼ਕਤੀ ਹੈ ਇੱਧਰ ਦੀ ਬਾਬਾ ਜੀ, ਕਿਉਂਕਿ ਇੱਕ ਪਹਿਰੇ ਵਾਲਾ ਵੀ ਪਿਆਰ ਨਾਲ ਹੋ ਜਾਓ ਫਿਰ ਬੇਤੀ 'ਚ ਹੋਰ ਆਨੰਦ ਵੱਧ ਜਾਂਦਾ। ਖਾਲ ਦੇਖੋ ਕਿੱਦਾਂ ਵੱਢਿਆ ਬੰਨਿਆ ਹੋਇਆ ਹੈ, ਕਿ ਕੱਸੀ ਦਾ ਪਾਣੀ ਹੈ, ਹੁਣ ਖੁੱਲ੍ਹਾ ਵੀ ਪੈਂਦਾ ਉੱਤੋਂ ਹੀ ਪੈ ਰਿਹਾ। ਫਿਰ ਵੀ ਹੋਰ ਦੇ ਦੂਏ ਦੇ ਖੇਤ 'ਚ ਨਾ ਜਾਵੇ ਜੇ ਉੱਤੋਂ ਪੈਂਦਾ। ਖੇਤ ਮਿਆਲਾਂ ਉੱਚੀਆਂ ਘਰ ਉੱਚਾ ਨਿਰਣ, ਵੱਟਾਂ ਡੌਲਾਂ ਨਰੋਈਆਂ ਪਾ ਲਓ, ਇਹ ਰਸ ਮਾਣੀਏ ਜਿਹੜੀਆਂ ਬੂੰਦਾਂ ਪੈਂਦੀਆਂ ਨੇ। ਉਹ ਮੇਰਾ ਵਿਚਾਰ ਕੁਛ ਕੰਗਣਵਾਲ ਦਾ ਵੀ ਨਾਂ ਲੈ ਦਿੱਤਾ ਸੰਤ ਹਰਚੰਦ ਸਿੰਘ ਜੀ, ਸੰਤ ਮਹਾਰਾਜ ਦੀ ਭੂਮੀ ਹੈ ਇੱਥੇ ਤਾਂ ਸੰਤ ਮਹਾਰਾਜ ਦਾ ਹੀ ਸਰੂਪ ਸਾਰੇ ਨਜ਼ਰ ਆਉਂਦਾ ਮੈਨੂੰ ਤਾਂ। ਬਸ ਜੋ ਮੈਂ ਬੁਲਾਉਂਦਾ ਕਿ ਕੋਈ ਮੇਰੇ ਕੋਲ ਪੁਸਤਕ ਗ੍ਰੰਥ ਨਹੀਂ ਰੱਖਿਆ ਜਿੱਥੋਂ ਮੈਂ ਬੋਲ ਕੇ ਸੁਣਾਈ ਜਾਂਦਾ, ਇਹ ਤਾਂ ਰੀਲਾਂ ਹੀ ਆਪੇ ਹੀ ਬਣੀਆਂ ਬਣਾਈਆਂ ਨੇ। ਕੰਗਣਵਾਲ ਦਾ ਇਸ਼ਾਰਾ ਜਦੋਂ ਕੀਤਾ ਮੈਂ ਉਸਦੇ ਬਾਰੇ ਵੀ, ਕੱਲ੍ਹ ਮੈਂ 18,000 ਔਲੀਏ ਨੇ ਜਿਸ ਤਰ੍ਹਾਂ ਉੱਧਰ ਦੇਵਤੇ ਦੇਵੀ ਦੇਵਾਂ ਦਾ ਵਿਚਾਰ ਕੀਤਾ ਕਿ ਸੈਂਸ 18 ਕਹਿਣ ਕਿਤੇਬਾਂ ਇਸਲਾਮਾਬਾਦ ਦੀਆਂ ਨੇ ਕਿਤਾਬਾਂ, ਕਿਤੇਬਾਂ ਕੁਰਾਨ ਸ਼ਰੀਫ ਅੰਜੀਲ ਤੌਰੇਤ ਜ਼ਬੂਰ ਕਿਤੇਬਾਂ ਨੇ ਵੀ, ਚਾਰੇ ਵੇਦਾਂ ਨੇ ਵੀ। ਕੱਲ੍ਹ ਸਵਾਮੀ ਜੀ ਕਹਿਣ ਲੱਗੇ ਮੈਨੂੰ, ਕਹਿੰਦੇ ਚਾਰ ਦੀਵਾਨ ਨੇ। ਮੇਰੇ ਮਨ ਵਿੱਚ ਆਈ ਉੱਥੋਂ ਕਾਕਾ ਜੀ ਵੀ ਦੋ ਤਿੰਨ ਹੋਰ ਫਤਿਹਗੜ੍ਹ ਸਾਹਿਬ ਦੀ ਵੀ ਗੱਲ ਹੈ, ਕੱਲ੍ਹ ਦੀ ਵੀ ਗੱਲ ਹੈ ਸਵਾਮੀ ਜੀ ਨਾਲ। ਮੈਂ ਕਿਹਾ ਚੌਥ ਉਪਾਏ ਚਾਰੇ ਵੇਦਾਂ, ਖਾਣੀ ਬਾਣੀ ਚਾਰੇ ਭੇਦਾਂ, ਚਾਰ ਚਾਰ ਤਾਂ ਬਹੁਤ ਕੁਛ ਹੈ, ਚਾਰੇ ਕੁੰਟ ਨੇ, ਚਾਰੇ ਵੇਦ ਨੇ, ਚਾਰੇ ਕਿਤੇਬ ਨੇ, ਚਾਰੇ ਭੇਦ ਨੇ, ਬਹੁਤ ਕੁਛ ਹੈ ਇਹਦੇ ਵਿੱਚ, ਚਾਰੇ ਕੁੰਟਾਂ ਵੀ ਬਹੁਤ ਕੁਛ ਹੈ, ਚਾਰੇ ਵੇਦ ਨੇ, ਚਾਰੇ ਕਿਤੇਬ ਨੇ, ਚਾਰੇ ਭੇਦ ਨੇ, ਚਾਰੇ ਖਾਣੀਆਂ ਨੇ, ਚਾਰੇ ਬਾਣੀਆਂ ਨੇ, ਫਿਰ ਅਨੰਤ ਹੈ। ਚੌਥ ਉਪਾਏ, ਚੌਥ ਦਾ ਚੰਦਰਮਾ ਸੁਣਿਆ ਹੀ ਸੀ ਕੀ ਕੁਛ ਕਰਦਾ ਹੈ, ਬਚਣਾ ਵੀ ਸਾਨੂੰ ਪੈਂਦਾ ਹੈ, ਔਰ ਉਹਦਾ ਪ੍ਰਕਾਸ਼ ਕੀ ਹੈ, ਏਕਮ ਦੂਜ ਤੀਜ ਵੀ ਆਉਂਦੀਆਂ ਨੇ। ਉਹ ਚਾਰੇ ਕਿਤੇਬਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਅਸਲ ਲੂ ਇੱਕ ਤਾਤ ਤਾਤੂ ਤਾਤ ਮਾਇਆ ਹੈ, ਜਿਸਦੇ ਅਰਥ ਇੱਕ ਘੋੜੀ ਦਾ ਰੋਮ, ਲੋ ਘੋੜੀ ਦੇ ਰੋਮ ਗਿਣ ਲਿਓ, ਲੂ ਗਿਣੇ ਜਾਂਦੇ ਨੇ, ਐਸੀ ਤੇਰੀ ਮਾਇਆ ਹੈ, ਤੂੰ ਇੱਕੋ ਹੀ ਹੈ, ਬ੍ਰਹਿਮ ਸਰੂਪ ਹੈ। ਉੱਥੇ ਅਰਥ ਦਾ ਤੁਸੀਂ ਉਹ ਕਰ ਲਿਓ, ਮੈਨੂੰ ਆਉਂਦੇ ਨਹੀਂ, ਮੈਂ ਕਿਹੜਾ ਗਿਆਨੀ ਹਾਂ ਭਾਈ। ਮਾਇਆ ਤੇਰੀ ਐਸੀ ਹੈ ਤਾਤ, ਇੱਕ ਤੂੰ ਹੀ। ਵੇਦਾਂਤ ਵਿੱਚ ਬ੍ਰਹਿਮ ਅਤੇ ਮਾਇਆ ਦੋ ਸਾਹਮਣੇ ਰੱਖੀਆਂ ਨੇ, ਮਾਇਆ ਦਾ ਆ ਪਰਦਾ ਚੁੱਕਿਆ ਗਿਆ, ਫਿਰ ਤੂੰ ਬ੍ਰਹਿਮ ਹੈ, ਬ੍ਰਹਿਮ ਮੈਂ, ਬ੍ਰਹਿਮ ਹੂੰ ਮੈਂ, ਬ੍ਰਹਿਮ ਹੂੰ ਮੈਂ, ਜੀਵ ਨਹੀਂ। ਮਾਇਆ ਏਕਾ ਮਾਈ ਜੁਗਤ ਵਿਆਈ, ਸਭ ਮਾਇਆ ਦਾ ਹੀ ਖੇਡ ਹੈ। ਤੋ ਮੇਰਾ ਵਿਚਾਰ ਜਿਹੜਾ ਸੀ, ਵੇਦ ਵੀ ਕਿਤੇਬ ਪੁਰਾਣ, ਵੇਦ ਕਿਤੇਬ ਕਹੋ ਮਤ ਝੂਠੇ, ਸੋ ਸਹਿਸ 18 ਕਹਿਣ ਕਿਤੇਬਾਂ,
ਕਿਤਾਬਾਂ ਵਿੱਚ ਵੀ ਬਾਬਾ ਨਾਨਕ ਸਾਹਿਬ ਦਾ ਜ਼ਿਕਰ ਆ ਗਿਆ, ਅੰਜੀਲ ਵਿੱਚ ਵੀ ਆਇਆ ਕਿ ਹਜ਼ਰਤ ਮੁਹੰਮਦ ਆਓ ਜ਼ਰੂਰ, ਪਰ ਆਪ ਦੀ ਲਾਈਨ ਬੰਨ ਦਿੱਤੀ ਵੀ ਮੇਰੇ ਨਹੀਂ ਆਉਣਾ, ਨਹੀਂ ਆਉਣਾ। ਲੜਨ ਵਾਲੇ ਲੜੀ ਗਏ ਇਸ ਮਤ ਵਾਲੇ। ਜਦੋਂ ਹਜ਼ਰਤ ਮੁਹੰਮਦ ਸਾਹਿਬ ਆਇਆ ਗੁਰੂ ਗੋਬਿੰਦ ਸਿੰਘ ਵਾਂਗ, ਸਾਰੀ ਜ਼ਿੰਦਗੀ ਉਹਨਾਂ ਦੀ ਯੁੱਧਾਂ ਜੰਗਾਂ ਵਿੱਚ ਬਿਪਤਾ ਵਿੱਚ ਲੰਘ ਗਈ, ਪਰ ਉਸਦੇ ਸਾਰੇ ਸੇਵਕ ਜਿਹੜੇ ਮਾਰਨ ਚੱਲੇ ਸੀ ਕਟਾਰਾਂ ਤਲਵਾਰਾਂ ਲੈ ਕੇ ਪੱਥਰ ਲੈ ਕੇ, ਖੁਦ ਉਹਨਾਂ ਨੂੰ ਹੀ ਹਜ਼ਰਤ ਮੁਹੰਮਦ ਸਾਹਿਬ ਦੇ ਚੇਲੇ ਮਰੀਦ। ਉਸ ਤੋਂ ਬਾਅਦ ਜਿਵੇਂ ਅੱਜ ਜ਼ਿੰਮੇਵਾਰੀ ਆਈ ਖਲੀਫਾ, ਗੈਰ ਹਾਜ਼ਰੀ ਵਿੱਚ ਇੱਕ ਹੈੱਡ ਦੇ ਦੂਸਰੀ ਜਿਸ ਨੂੰ ਡਿਊਟੀ ਸੌਂਪੀ ਜਾਂਦੀ ਹੈ ਉਹਨੂੰ ਖਲੀਫਾ ਕਿਹਾ ਜਾਂਦਾ ਹੈ ਇਸਲਾਮ ਮਤ ਵਿੱਚ। ਬਾਅਦ ਵਿੱਚ ਉਹ ਖਲੀਫੇ ਬਣੇ ਪੈਗੰਬਰਾਂ ਦੇ ਸੁਨੇਹੇ ਦੇਣ ਵਾਲੀਆਂ ਡਿਊਟੀਆਂ ਆਪਣੇ ਵਿੱਚ, ਅੱਜ ਖਲੀਫਾ ਕੌਣ ਹੈ? ਸਿੰਘ ਸਾਹਿਬ। ਇਹ ਤੋਂ ਬੜੀ ਗੱਲ ਹੋਰ ਨਹੀਂ। ਸੰਪਰਦਾਈ ਆਗੂ ਕੋਈ ਮਹਾਂਪੁਰਸ਼ ਹੈ, ਬਾਬਾ ਦੀਪ ਸਿੰਘ ਗੁਰਮ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲੌਂਗੋਵਾਲ। ਜਾਓ ਤੁਸੀਂ ਜਾ ਕੇ ਜੋ ਅਸੀਂ ਅਰਥ ਸੁਣਾਏ ਨੇ ਸੰਪਰਦਾਏ, ਗੁਰੂ ਕਾਂਸ਼ੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ, ਕੋਈ ਕਰੈਬਰਾਂ ਵਾਂਗ ਅਵਤਾਰਾਂ ਦੀ ਥਾਂ ਤੇ ਬਾਅਦ ਵਿੱਚ ਖਲੀਫੇ ਸਿੰਘ ਸਾਹਿਬ ਕਹਿ ਦਿਓ, ਇਦੋਂ ਬੜੀ ਗੱਲ ਨਹੀਂ। ਅੱਜ ਤਖਤਾਂ ਤੇ ਨਹੀਂ, ਸਿੱਧ ਹੈ ਬਰਾਬਰ, ਉਹਨਾਂ ਦੀ ਬਰਾਬਰੀ ਹੋਰ ਕੋਈ ਕਰੇ? ਕਹੇ ਮੈਂ ਹਾਂ ਉੱਥੇ, ਆ ਦੇਖ ਹੀ ਰਹੇ ਹੋ ਨਾ ਹੁਣ ਤੁਸੀਂ, ਇੱਕ ਮਿਆਨ 'ਚ ਦੋ ਤਲਵਾਰਾਂ ਆਉਂਦੀਆਂ। ਖਲੀਫੇ ਆਉਣੇ, ਜਦੋਂ ਸ਼ਕਤੀ ਆਈ, ਮਤਲਬ ਮਾਰਨ ਵੀ ਚੱਲੇ ਸੀ, ਉਹਨਾਂ ਨੂੰ ਵਪਾਰ ਵੀ ਕਰਨਾ ਪਿਆ, ਕਿਉਂ ਇਸਲਾਮ ਮਤ ਵਿੱਚ ਵਿਆਜ ਨਹੀਂ ਲੈਂਦੇ, ਵਪਾਰ ਕਰਦੇ ਨੇ। ਖੁਦ ਹਜ਼ਰਤ ਮੁਹੰਮਦ ਸਾਹਿਬ ਆਪਣੇ ਚਾਚੇ ਨਾਲ ਬਾਹਰਲੇ ਦੇਸ਼ਾਂ ਵਿੱਚ ਮਿਸ਼ਰ ਆਦਿਕ ਵਿੱਚ ਊਂਠਾਂ 'ਤੇ ਵਪਾਰ ਕਰਨ ਜਾਂਦੇ ਅਤੇ ਆਉਂਦੇ, ਪਰ ਇੱਕ ਡਰ ਲੱਗਦਾ ਸੀ ਕਿ ਉਸ ਤੋਂ ਵਾਂਗ ਵੀ ਕਿ ਅਵਤਾਰ ਦੀ ਨਿਸ਼ਾਨੀ ਕੀ, ਗੁਰੂ ਮਹਾਰਾਜ ਸੰਤਾਂ ਦੀ ਨਿਸ਼ਾਨੀ ਕੀ ਹੈ? ਇਹ ਨਿਸ਼ਾਨੀ ਸਾਧਕੀ ਜਿਤ ਭੇਟ ਤਰੀ ਹੈ ਅਵਤਾਰ ਦੀ, ਕਿ ਉਹਨਾਂ ਤੇ ਖੁਦ ਬਾਖੁਦ ਜਿਵੇਂ ਚੰਦੋਆ ਹੈ, ਇਸ ਤਰ੍ਹਾਂ ਇੱਕ ਬਦਲੀ ਅੱਤ ਗਰਮੀ ਹੋਵੇ, ਰੇਤ ਹੀ ਰੇਤ ਹੋਵੇ, ਮਾਰੂ ਥਲ ਹੋਵੇ, ਇੱਕ ਬਦਲੀ ਉਹਨਾਂ ਤੇ ਛਤਰੀ ਵਾਂਗ ਛਤਰ ਵਾਂਗ ਆਪੇ ਹੀ ਛਾਇਆ ਕਰਦੀ ਜਾਂਦੀ ਹੁੰਦੀ ਸੀ। ਉਹ ਫਿਰ ਡਰਦੇ ਸੀ, ਤਾਂ ਚਾਚਾ ਵੀ ਸਾਥੀ ਵੀ ਜਿੰਨੇ ਵੀ ਉਹਦੇ ਸੰਗੀ ਹੁੰਦੇ, ਖੁਦ ਹਜ਼ਰਤ ਮੁਹੰਮਦ ਸਾਹਿਬ ਵੀ ਆ, ਯੂਸਫ ਵੀ, ਈਸਾ ਮਸੀਹ ਵੀ, ਮਸੀਹ ਰੱਬ ਕਿਹਾ, ਈਸਾ ਮੁਹੰਮਦ, ਹਜ਼ਰਤ ਈਸਾ, ਹਜ਼ਰਤ ਮੂਸਾ, ਉਹ ਇਉਂ ਡਰਦੇ ਸੀ ਕੋਈ ਐਸਾ ਪੁਰਸ਼ ਬਾਵਾ ਬਣ ਕੇ ਕੋਈ ਹੱਲਾ ਨਾ ਬੋਲਦੇ ਵੀ, ਹੱਲੇ ਬਹੁਤ ਨੇ ਬੋਲੇ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਤਨੀ ਦੁਨੀਆ ਦੇ ਲੋਕ ਕੰਡਾ ਕੰਡਾ ਚਾੜ ਚਾੜ ਟਾਣੀ ਟਾਣੀ ਬੈਰੀ ਹੋਇਆ ਸੀ, ਤਿੜ ਤਿੜ, ਫਿਰ ਲੱਖਾਂ ਦਾ ਲਸ਼ਕਰ 22 ਤਾਰ ਪਹਾੜੀਏ, 10 ਲੱਖ ਦਾ ਲਸ਼ਕਰ ਔਰੰਗਜ਼ੇਬ ਨੇ ਮੁਕਰਰ ਕੀਤਾ ਤੇ ਜਾਓ ਪਕੜ ਕੇ ਲਿਆਓ ਜਿਹੜੇ ਹਾਂ ਦੇ ਨਾਰੇ ਮਾਰਨ ਵਾਲੇ ਸੀ। ਉਹਨਾਂ ਦੇ ਭਰਾਵਾਂ ਨੇ ਇਹ ਵੀ ਕਹਿ ਦਿੱਤਾ ਸੀ
ਅਸੀਂ ਗੁਰੂ ਗੋਬਿੰਦ ਸਿੰਘ ਨੂੰ ਐ ਜੱਫਾ ਪਾ ਕੇ ਪਕੜ ਕੇ ਤੁਹਾਡੇ ਦਰਬਾਰ ਵਿੱਚ ਪੇਸ਼ ਕਰਾਂਗੇ ਜਿਉਂਦਿਆਂ ਨੂੰ। ਲੱਖ ਵਾਹ ਕੇ ਕੀਜੇ ਅਕਾਲ ਸਪੁੱਤਰ ਪਾਪ, ਜਿੱਥੇ ਉਹ ਇੱਕ ਰੱਬੀ ਸ਼ਕਤੀ ਆਈ ਹੋਈ ਹੈ ਉਹਦੇ ਵਾਸਤੇ ਦਸੇ ਦਿਸ਼ਾ ਖੁੱਲੀਆਂ ਹਨ। ਪਰ ਦੁਨੀਆਂ ਦੇ ਲੋਕ ਫਿਰ ਵੀ ਇੱਟਾਂ ਵੱਟੇ ਪੱਥਰ ਮਾਰਨ ਵਾਲੇ ਉਹ ਨਾਲ ਹੀ ਰਹਿੰਦੇ ਹੁੰਦੇ ਨੇ ਜੰਗ ਯੁੱਧਾਂ ਤੱਕ। ਹਰਗੋਬਿੰਦ ਸਾਹਿਬ ਜੀ ਦੇ ਬਾਰੇ ਆਓ, ਦਸ਼ਮੇਸ਼ ਜੀ ਦੇ ਬਾਰੇ ਸਭ ਨੇ, ਔਰ ਹਰ ਮਹਾਜ਼ਰਤ ਮੁਹੰਮਦ ਸਾਹਿਬ ਬਾਰੇ, ਇਹ ਜੋ ਕੁਛ ਹੋ ਰਿਹਾ ਉਸਦੀ ਰਜ਼ਾ ਵਿੱਚ ਹੋ ਰਿਹਾ। ਮੈਂ ਅਵਤਾਰ ਬਾਰੇ ਜਾਂ ਚਿੰਨ੍ਹਾਂ ਬਾਰੇ ਉਹ ਸਮੇਂ ਦੀ ਗੱਲ ਮੈਂ ਬੋਲਦਾ, ਕਿਸੇ ਦੇ ਹੱਥ ਕੁਛ ਹਾਸ ਹਾਥ, ਕਿਸੇ ਦੇ ਕੁਛ ਨਹੀਂ, ਸਭ ਚੱਲੇ ਚਲਾਏ ਰਾਮ ਰਾਜ ਐ ਮਾਲਕ, ਸਭ ਤੇਰੇ ਹੀ ਚਲਾਏ ਚੱਲਦੇ ਆ, ਕਿਸੇ ਦੇ ਹੱਥ ਅਸੀਂ ਤੇਰੇ ਹੀ ਚਲਾਏ ਚੱਲਦੇ ਆ, ਅਸੀਂ ਤੇਰੇ ਹੀ ਚਲਾਏ ਚੱਲਦੇ ਹਾਂ, ਅਸੀਂ ਤੇਰੇ ਹੀ ਚਲਾਏ ਬਾਬਾ ਚੱਲਦੇ ਹਾਂ, ਤੇਰੇ ਹੀ ਚਲਾਏ ਚੱਲਦੇ ਹਾਂ, ਹੱਥ ਹਾਥ ਕਿਸੇ ਦੇ ਕੁਛ ਨਹੀਂ। ਅਜੇ ਮੈਂ ਸਾਖੀ ਤਾਂ ਕੋਈ ਨਹੀਂ ਤੋਰੀ ਹੈ, ਕਿਹੜੀ ਵਸਤੂ ਰਵਾਬੇ ਵਰਦੀਆਂ ਨੇ ਛੇੜੀਆ, ਤੂੰ ਹੀ ਤੂੰ ਕੁਝ ਪਿਆਰ ਦਿਆ ਜੇ ਅਨਪਵੀ ਸੁਣ ਲਓ ਕੁਛ। ਚਲੋ ਇਧਰੇ ਸੀ ਵੀ ਸਾਡੇ ਹੱਥ ਕਿਸੇ ਦੇ ਮਾਲਕ ਨੇ, ਇਹ ਸਾਰੇ ਲਈ ਬੈਠਿਆ, ਕੁਛ ਨਾ ਕੁਛ ਤਾਂ ਹੈ ਹੱਥ ਪਰ ਉਹਦੇ ਮੂਹਰੇ ਨਹੀਂ। ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਨ, ਜੋ ਕਰਾਊਗਾ। ਇੱਕ ਅਨੁਭਵੀ ਮੈਂ 24 ਅਵਤਾਰਾਂ ਦੀ ਫਿਰ ਬੋਲਣਾ ਵਸਤੂ, ਕੰਗਣਵਾਲ ਦਾ ਇਸ਼ਾਰਾ ਕੀਤਾ ਮੇਰੇ ਯਾਦ ਆਈ ਉਹ ਵਸਤੂ, ਫਿਰ ਮੈਂ ਉਸਦਾ ਵੀ ਥੋੜ੍ਹਾ ਜਿਹਾ ਇਸ 'ਤੇ ਵੀ ਸੰਗ੍ਰਹਿ ਕਰਦਾ ਕਿ 18,000 ਔਲੀਆ ਸੀ ਫਰਿਸ਼ਤੇ ਨੇ, ਜਿਵੇਂ 96 ਕਰੋੜ ਫੌਜ ਹੈ ਇੰਦਰ ਦੀ,
ਔਰ ਸ਼ਹੀਦੀ ਪੈ ਰਹੇ ਨੇ ਸਿੰਘਾਂ ਦੇ ਨਾਲ। 33 ਕਰੋੜ ਦੇਵੀ ਦੇਵ ਹੈ, 88,000 ਮੁਨੀਸ਼ਵਰ ਹਨ, ਜਿਹੜੇ ਅਰਸ ਕੱਲ ਵੀ ਸੁਣਿਆ ਬਈ ਉਹ ਸੁਣ ਕੇ ਇਕਾਂਤ ਜਾ ਕੇ ਬੈਠ ਜਾਣਾ, ਸਿਮਰਨ ਕਰਨਾ, ਖੀਰ ਉਹਨਾਂ ਨੂੰ ਛਕਣ ਨੂੰ ਹੈ। ਕਿਸੇ ਸਮੇਂ ਗੋਦਾਵਰੀ ਖੀਰ ਦੀ ਚੱਲ ਰਹੀ ਸੀ, ਜਿੱਥੇ ਦੀਆਂ ਕਥਾ ਸੱਚਖੰਡ ਦੀ ਵਰਤ ਰਹੀ ਹੈ। ਉਸੇ ਸਥਾਨ ਤੇ ਤਮਾਮ ਦੇਵੀ ਦੇਵਤੇ, ਸਿੰਘ ਸ਼ਹੀਦ ਦੇਵਤੇ, ਮੁਨੀਸ਼ਵਰ, ਜਤੀ ਸਤੀ ਤਪੀ ਹਟੀ, ਉੱਥੇ ਹੀ ਸਾਰੇ ਇਕੱਠੇ ਹੁੰਦੇ ਸੀ ਉਸ ਗੋਦਾਵਰੀ ਚਿਤੁਰਗੁਪਤ। ਕੋਈ ਦੇਵਤਾ, ਕੋਈ ਸ਼ਕਤੀ ਜੋ ਅਵਤਾਰਾਂ ਨਾਲ ਪਰਮੇਸ਼ਰ ਦੀਆਂ ਤਾਕਤਾਂ ਹਨ, ਸਭ ਦਾ ਇੱਕ ਮਹਾਨ ਸਭ ਤੋਂ ਵੱਡਾ ਤੀਰਥ, ਜਿਵੇਂ 18 ਤੀਰਥਾਂ 'ਚ ਅਸੀਂ ਪ੍ਰਾਗਰਾਜ ਗਿਣਦੇ ਹਾਂ ਤ੍ਰਿਵੈਣੀ, ਸੱਚਖੰਡ ਹਜ਼ੂਰ ਸਾਹਿਬ ਦੀ ਜਿਹੜੀ ਪਵਿੱਤਰ ਭੂਮੀ ਹੈ ਗੋਦਾਵਰੀ ਦੇ ਕਿਨਾਰੇ 'ਤੇ, ਇਹ ਵੀ ਉਹੀ ਦੁੱਧ ਦੀ ਖੀਰ ਦੀ ਵਗਦੀ ਸੀ। ਬਾਹੁੰਜਲ ਭਰ ਕੇ ਪੀ ਲੈਣੇ ਨੇ, ਛਕ ਲਿਆ ਜਿਤਨੀ ਲੋੜ ਹੈ ਉਧਰ ਪੂਰਨ, ਬਾਕੀ ਭਜਨ ਕਰ। ਜਿੱਥੇ ਅੱਜ ਸਣਦੇ ਆਪਾਂ ਜਾ ਕੇ, ਜਦ ਸੇਵਾ ਦਾ ਨਾਂ ਲਿਆ, ਜਿਤਨੇ ਸੇਵਕ ਜਾਂਦੇ ਨੇ ਸੇਵਾ ਕਰਨ, ਇਹਨਾਂ ਦੀਆਂ ਪਿਛਲੀਆਂ ਕਮਾਈਆਂ ਲਿਜਾ ਰਹੀਆਂ ਨੇ ਉੱਥੇ, ਹੋਰ ਨਹੀਂ। ਉਹ ਗੁਪਤ ਸ਼ਕਤੀਆਂ ਨੰਦੇੜ ਨੌ ਨੰਦ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਤਯੁਗ ਤੋਂ ਉਡੀਕਦੇ ਸੀ, ਸਤਯੁਗ ਤੋਂ ਇੱਕ ਮਹਾਂਪੁਰਸ਼ ਰੂਪ ਅਵਤਾਰ ਆਊ, ਜਿਸਦੇ ਦਰਸ਼ਨ ਕਰਕੇ ਤੁਹਾਨੂੰ ਮੋਕਸ਼ ਮਿਲੂ, ਉਹ ਤੁਹਾਡੇ ਕੋਲੋਂ ਗ੍ਰੰਥ ਮੰਗੂ, ਵਸਤੂਆਂ ਮੰਗੂ, ਉਹਨਾਂ ਚਿਰ ਤੁਸੀਂ ਕੋਲ ਰੱਖਿਓ ਤੁਹਾਡੀ ਆਰਜ਼ਾ। ਕੱਲ 88,000 ਯੁੱਗਾਂ ਦੀ ਕਥਾ ਵੀ ਸੁਣੀ, ਭੋਲੇ ਨਾਰਾਇਣ ਕਿੱਡੀਆਂ ਚੋਣਵੇਂ ਜੇ ਫੁੱਲ ਨੇ, ਬਹੁਤ ਬਾਗ ਵਿੱਚੋਂ ਮਾਲੀ ਇਕੱਠੀ ਕਰਕੇ ਫੁੱਲ, ਨਾਨਾ ਪ੍ਰਕਾਰ ਦੇ, ਇਹ ਅੱਜ ਚੋਣਵੇਂ ਜੇ ਫੁੱਲਾਂ ਦੀ ਆਨੰਦਤਾਈ ਹੈ। ਜਦੋਂ ਨਾਨਾ ਮਾਲਣ ਦੇ ਕੋਲੋਂ ਹਾਰ ਪਰੋਇਆ ਜਾਏ, ਇਕੱਠੇ ਹੁੰਦੇ ਨੇ ਚਾਕੇ ਬੁੱਕੇ ਮਾਰਦੀ ਹੈ। ਆਖੀ ਪਿਛਲੇ ਜੇ ਦਿਨੀ ਇੱਕ ਪ੍ਰੇਮੀ ਦਾ ਟਾਈਮ ਦਿੱਤਾ ਮੈਂ, ਉਦੋਂ 1.5 ਘੰਟਾ ਪਹਿਲਾਂ ਚਲਿਆ ਗਿਆ। ਉਹ ਕਹਿੰਦਾ ਜੀ ਜਿਹੜੇ ਮੇਰੇ ਨਾਲ ਸਤਿਕਾਰਯੋਗ ਆਪ ਹੋ, ਮੈਂ ਸਤਿਕਾਰ ਕਰਨਾ, ਮੇਰੇ ਵੀ ਸਤਿਕਾਰਯੋਗ ਸੀ, ਖੜ੍ਹਨਾ ਸੀ, ਹੁਣ ਮੈਂ ਕੀ ਕਰਾਂ। ਆਪਣੇ ਮਾਸਟਰ ਰੌਣਕ ਸਿੰਘ ਜੀ ਸੀ, ਉੱਧਰ ਮੀਂਹ ਪਵੇ, ਛਾਛੜੇ ਦਾ ਪਵੇ, ਕਹਿੰਦਾ ਆ ਲਓ ਮੈਂ ਤੁਹਾਨੂੰ ਇਕੱਠੇ ਹਾਰ ਇਕੱਲਾ ਹੀ ਪਾ ਦਿੰਦਾ। ਹੁਣ ਆ ਇਕੱਠੇ ਹੀ ਹਾਰ ਮਾਲਣ ਕੀ ਕਰਦੀ ਹੈ, ਜੇ ਨਾ ਹਾਰ ਪੁਰਿਆ ਚੱਕ ਕੇ ਅਸੀਂ ਮਾਰਦੀ ਹੈ ਵੀ ਆ ਲਓ ਅੱਜ ਭਾਵੇਂ ਗੁਸਤਾਖੀ ਹੋਈ ਹੈ ਮੇਰੀ, ਆ ਲਓ। ਉਦੋਂ ਗੁੰਦੇ ਨਾ ਜਾਣ ਜਿੱਥੇ, ਹੁਣ ਕਿਹੜੇ ਕਿਹੜੇ ਹਾਰ ਗੁੰਦੀ ਜਾਈਏ, ਇੱਕ ਇੱਕ ਫੁੱਲ ਚੱਕਵੇਂ ਤੋਂ ਚੱਕਵਾਂ, ਚੜ੍ਹਦੇ ਤੋਂ ਚੜ੍ਹਦਾ, ਦਿਲ ਖਿੱਚਵਾਂ ਸ਼ਬਦ ਬਾਣੀ ਅਰਦਾਸ ਕਰੋ ਕਿ ਇਸ ਉਸ ਧਰਤੀ ਵਿੱਚ ਸਾਨੂੰ ਵੀ ਸਮਾਂ ਮਿਲੇ ਸੇਵਾ ਦਾ। ਜਿਸ ਧਰਤੀ ਦੀ ਉਪਮਾ ਸੁਣਦੇ ਹੋ ਕਿ ਇੱਥੇ ਆਊਗਾ ਇੱਕ, ਕੌਣ ਗਏ ਫਿਰ? ਦਸ਼ਮੇਸ਼ ਪਿਤਾ ਜੀ ਗਏ ਸੀ, ਕਿੰਨੇ ਕੁ ਸਿੰਘ ਨਾਲ ਸਨ। ਬਹਾਦਰ ਸ਼ਾਹ ਨੇ ਵੀ ਮਦਦ ਮੰਗੀ, ਬਾਕੀ ਆਪਣੇ ਘਰਾਂ ਨੂੰ ਮੁੜ ਆਏ ਸੀ ਗੁਰੂ ਕਾਂਸ਼ੀ ਦਮਦਮੇ ਸਾਹਿਬ ਤੋਂ, ਕਈ ਤਨਖਾਹਾਂ ਵਿੱਚ ਰਹਿ ਗਏ ਤਲਵਾਂ ਲੈਣ ਵਾਲੇ,
ਬਸ ਸਿਰਫ 40 ਕੇ ਸਿੰਘ ਰਹਿ ਗਏ ਸੀ ਹਜ਼ੂਰ ਨਾਲ, 40 ਗਏ ਸੀ, ਬਾਕੀ ਲੈ ਜਾਈਏ ਤਾਂ ਆ ਸ਼ਮੀਰ ਤੇ ਲਖਮੀਰ ਕਾਂਗੜ ਦੀ ਧਰਤੀ, ਦੀਨਾ ਕਾਂਗੜ। ਮਹਾਰਾਜ ਕਹਿੰਦੇ ਸ਼ਮੀਰ ਘੋੜਾ ਫੇਰ ਲੈ, ਮੈਨੂੰ ਰਾਜ ਦੇ ਰਹੇ। ਉਹਦੇ ਮਾਮਾ ਜੀ ਆ ਕੇ ਕਹਿੰਦੇ ਲੈ ਇਹ ਫਕੀਰ ਦੇ ਦੂ ਤੈਨੂੰ ਰਾਜ, ਆਪ ਤਾਂ ਕਿਲ੍ਹਾ ਛੱਡ ਕੇ ਉਜੜਿਆ ਫਿਰਦਾ, ਆ ਬਚਨ ਕਹੀ ਤੈਨੂੰ ਰਾਜ ਕਿੱਥੋਂ ਦੇ ਦੂਗਾ, ਛੋਟਾ ਜਿਹਾ ਚੱਕਰ ਕੱਟਿਆ ਬਸ ਉਹਨੀ ਧਰਤੀ ਰਹੀ। ਅਸੀਂ ਉਹ ਲੋਕ ਵੀ ਇਹੋ ਜਿਹੇ ਤਰਕਵਾਦੀ ਹੁੰਦੇ ਹਾਂ, ਇਹ ਆਪ ਤਾਂ ਘਰੋਂ ਬੇਘਰ ਹੋਇਆ ਫਿਰਦਾ ਪਰ ਇਹ ਨਹੀਂ ਪਤਾ ਇਹ ਕਿਸਦੇ ਵਾਸਤੇ ਹੋਇਆ ਫਿਰਦਾ। ਜਿਨ੍ਹਾਂ ਨੇ ਪਿਤਾ ਵਾਰ ਦਿੱਤਾ 9 ਸਾਲ ਦੀ ਅਵਸਥਾ, ਮਾਤਾ ਸਾਹਿਬਜ਼ਾਦੇ ਪਰਿਵਾਰ ਇੱਕ ਦਿਨ ਨਾ ਆਪਣੇ ਮਹਿਲ ਘਰ ਨਾ ਆਉਣ ਨਜ਼ਰ ਆਉਣ, ਬਸ ਮਰ ਜਾਂਦਾ। ਇੱਥੇ ਤਿੰਨੇ ਮਹਿਲ ਪਹਿਲਾਂ ਹੀ ਤੋੜ ਦਿੱਤੇ ਮਾਤਾ ਜੀ ਤੋਂ ਜੀ, ਵੀ ਅਸੀਂ ਇਹ ਕੁਝ ਨਹੀਂ ਦੇਖ ਸਕਦੇ, ਜਾਓ ਗੁਰੂ ਨਾਨਕਪੁਰੀ ਪਿਤਾ ਜੀ ਦੇ ਦੇਸ਼ ਜਾਓ, ਸਾਰਾ ਸਰਵੰਸ ਦਾਨ ਕਰ ਦੇਣਾ। ਅਜੇ ਵੀ ਇਹ ਲੋਕ ਤਰਕਾਂ ਮਾਰਨ ਵਾਲੇ ਤਿੱਖੇ ਤਿੱਖੇ ਤੀਰ, ਇੱਕ ਜ਼ਖਮ ਤਾਂ ਹੋਇਆ ਉਹਦੇ ਤੇ ਨਿਮਕ ਲਾਉਣ ਵਾਲੇ ਅਜੇ ਨਹੀਂ ਹਟੇ। ਆਪ ਕਰੋ ਵੀ ਘਰ ਹੋਇਆ ਫਿਰਦਾ, ਕਿਸਦੀ ਖਾਤਰ ਹੋਇਆ ਫਿਰਦਾ, ਇਹ ਗੱਲ ਨਹੀਂ ਸਾਡੇ ਯਾਦ। ਜਿਨ੍ਹਾਂ ਦੀ ਯਾਦ ਹੈ ਦੱਖਣ ਦੇਸ਼ ਨੂੰ ਆਪ ਕਹਿ ਰਹੇ ਨੇ ਚਲੋ ਸਿੰਘੋ, ਸਾਡਾ ਪ੍ਰਾਚੀਨ ਤੀਰਥ ਜੀ ਤਪ ਸਥਾਨ ਜਿੱਥੇ ਅਸੀਂ ਸਤਯੁਗ ਵਿੱਚ ਕਿਤਨਾ ਤਪ, 24 ਕਲਪ ਯੁੱਗ, 24 ਕਲਪ ਯੁੱਗ ਹੀ ਹੇਮਕੁੰਟ ਸਾਹਿਬ ਕੀਤਾ, 24 ਕਲਪ ਯੁੱਗ। ਸਵਾਮੀ ਜੀ ਕਥਾ ਕੱਲ ਨੂੰ ਸੁਣਾ ਦੇਣ ਵੀ ਕਲਪ ਯੁੱਗ ਕੀ ਹੁੰਦਾ, ਮੈਂ ਤਾਂ ਬਥੇਰੀਆਂ ਸੁਣਾਈਆਂ ਨੇ। ਅਸੀਂ ਜਿਸ ਸਥਾਨ ਤੇ 24 ਕਲਪ ਯੁੱਗ ਬੈਠ ਕੇ ਸਮਾਧੀ ਲਾਈ ਹੈ, ਅਜੇ ਸਿੰਘੋ ਆਪਾਂ ਉਹ ਤੀਰਥ ਤੇ ਪਹੁੰਚਣਾ। ਪਰ ਮੇਰੇ ਵਰਗੇ ਜਿਹੜੇ ਨਿਸ਼ਰਦਕ, ਉਹ ਕੋਈ ਚੋਰੀ ਇੱਧਰ ਭੱਜ ਗਿਆ, ਕੋਈ ਇੱਧਰ ਭੱਜ ਗਿਆ, 40 ਕੁ ਰਹਿ ਗਏ। ਬਹਾਦਰ ਸ਼ਾਹ ਨੇ ਮੇਲ ਕੀਤਾ, ਅੱਗੇ ਵੀ ਮਦਦ ਕਰਦੇ ਨੇ ਹਜ਼ੂਰ। ਤਾਰਾ ਆਜ਼ਮ ਦੇ ਤੀਰ ਜਿਵੇਂ ਕੱਲ ਸੀ ਤੀਰ ਚੱਲੇ, ਹੁਣ ਟਾਈਮ ਨਹੀਂ ਸੀ, ਕਿਵੇਂ ਮੱਥੇ ਵਿੱਚ ਖਿੱਚ ਕੇ ਮਾਰਿਆ ਚੰਬਲ ਨਦੀ, ਉਹ ਨਦੀ ਤੇ ਵੀ ਆਪਾਂ ਵਕਤ ਕੱਟ ਕੇ ਆਏ ਹਾਂ, ਲੰਘੇ ਹਾਂ, ਆਏ ਹਾਂ, ਜਾਂਦੇ ਹਾਂ, ਆਉਂਦੇ ਹਾਂ। ਧੌਲਪੁਰ ਤਾਰਾ ਆਜ਼ਮ ਦੇ ਬਹਾਦਰ ਸ਼ਾਹ ਦਾ ਮੇਲ, ਦਸ਼ਮੇਸ਼ ਜੀ ਅਜੇ ਵੀ ਉਹੀ ਉਹੀ ਜ਼ੇਰੇ, ਉਹੀ ਦਿਲ, ਉਹੀ ਦਲੀਲਾਂ, ਉਹੀ ਤੀਰ ਕਮਾਨ ਪੱਥਾ ਮੋਢਾ ਭਰਿਆ ਸ਼ਾਸਤਰਾਂ ਦੇ ਨਾਲ। ਬਸ ਸਿਰਫ ਇੱਕ ਇਸ ਮਹਾਨ ਗੁਰੂ ਨੂੰ ਆਪਣੇ ਸ਼ਾਸਤਰਾਂ ਤੇ ਔਰ ਅਕਾਲ ਪੁਰਖ ਤੇ ਮਾਣ ਹੈ। ਸ਼ਾਸਤਰਾਂ ਤੇ ਯੋਧੇ ਮਹਾਂ ਭੀਸ਼ਮ ਪਿਤਾਮਾ ਨੂੰ ਮਾਣ ਨਹੀਂ ਸੀ। ਭਗਵਾਨ ਕਹਿੰਦੇ ਨੇ ਤੀਰਾਂ ਦੀਆਂ ਸੇਜਾਂ ਤੇ ਪਿਆ ਭੀਸ਼ਮ ਪਿਤਾਮਾ, ਦੱਸ ਕਿਹੜੀ ਪੁਰੀ ਨੂੰ ਤੋਰਦੇ ਆ। ਦਸ਼ਮੇਸ਼ ਜੀਆਂ ਨੇ ਵੀ ਉਹ ਪਿੱਛੇ ਮੁਕਤਸਰ ਭਾਈ ਮਹਾਂ ਸਿੰਘ ਨੂੰ ਨਹੀਂ ਸੀ ਕਿਹਾ। ਅਸੀਂ ਲੋਕ ਸਭ ਕੁਛ ਦੇਖ ਕਰਕੇ ਵੀ ਸਾਡੀਆਂ ਅੱਖਾਂ ਤੇ ਪੱਟੀ ਆ ਜਾਂਦੀ ਹੈ। ਐ ਸਿੱਖਾ ਦੱਸ ਜੇ ਤੂੰ ਕਹੀਂ ਤਾਂ ਬਣਾ ਦਿਆਂ ਰਾਜਾ ਦੁਨੀਆ ਦਾ।
ਮਨ ਤੋਂ ਲੈ ਮੰਗ ਮੁਕਤੀ ਜੇ ਤੂੰ ਜਗੇ ਪਾਪਣਾ ਪਿਆ ਰਾਜਾ ਦੁਨੀਆ ਦਾ ਮਨ ਤੋਂ ਲੈ ਮੰਗ ਮੁਕਤੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਉਹੀ ਮਨ ਪ੍ਰੀਤ ਚਰਨ ਕਮਲਾਰੇ ਦਾ ਆਨੰਦ ਜਿਹੜਾ ਬੇਦਾ ਵਾਲੇ ਗਿਆ ਫਾੜ ਦਿਓ ਤੁਹਾਡੇ ਚਰਨਾਂ ਤੋਂ ਦੂਰ ਨਾ ਹੋ ਜਾਈਏ। ਇੱਧਰ ਭੀਸ਼ਮ ਪਿਤਾਮਾ ਦੀ ਸੀ ਜੋਧੇ ਮਹਾਂਬਲੀ ਸੂਰਮੇ ਇੱਕ ਪਾਸੇ ਮਾਲਾ ਫੇਰਨ ਵਾਲੇ ਬੈਠੇ ਸੀ ਛੇਵੇਂ ਪਾਤਸ਼ਾਹ ਔਰ ਦਸ਼ਮੇਜਿਆਂ ਦੇ ਦਰਬਾਰ ਵਿੱਚ ਇੱਕ ਪਾਸੇ ਸੂਰਮਿਆਂ ਦਾ ਮਾਈ ਲੋਕ ਵੀ ਵਿੱਚੇ ਬੈਠੇ ਨੇ ਦਰਬਾਰ ਸਾਂਝਾ ਸਜਦਾ
ਇੱਕ ਨਹੀਂ ਆਪ ਕੱਲ ਵੀ 52 ਕਵੀਆਂ ਦੇ ਜੀਵਨ ਔਰ ਯੋਧੇ ਸੂਰਮੇ ਸ਼ਾਸਤਰ ਮਾਲਾ ਵਿੱਚ ਪਤਾ ਲੱਗਦਾ ਸ਼ਾਸਤਰਾਂ ਦਾ। ਸ਼ਾਸਤਰ ਕੀ ਵਸਤੂ ਹੈ? ਸ਼ਾਸਤਰ ਦੇ ਦਰਸ਼ਨ ਅਕਾਲ ਪੁਰਖ ਦੇ ਦਰਸ਼ਨ। ਇਹਨਾਂ ਨਾਲ ਪਿਆਰ ਕਰਨ ਵਾਲੇ ਜਿਹੜੇ ਕਰਦੇ ਨੇ ਉਹਨਾਂ ਨੂੰ ਤਾਂ ਸ਼ਾਸਤਰਾਂ ਵਿੱਚ ਹੀ ਜਿਹੜਾ ਸਰੂਪ ਅਕਾਲ ਦਾ ਹੋਵੇ ਉਹਦੇ ਵਿੱਚ ਆਪੇ ਹੀ ਦਰਸ਼ਨ ਹੋ ਹੀ ਜਾਂਦੇ ਨੇ। ਪਰ ਸੰਭਾਲਣਾ ਦੀ ਬੜੀ ਲੋੜ ਹੈ। ਹੁਣ ਮੈਨੂੰ ਦੋ ਤੇਗਾਂ ਤਿੰਨ ਤੀਜੀ ਵੀ ਫੜਾਤੀ ਵੀ ਫੜ ਕੇ ਰੱਖਿਆ ਕਰੋ। ਦੱਸੋ ਤੀਜੀ ਵੀ ਫੜਾਤੀ, ਹੁਣ ਐਵੇਂ ਜੀ ਚੱਕੀ ਜਾਵਾਂ ਫਿਰ ਬਾਜਾ ਕੌਣ ਵਜਾਊ? ਮੈਂ ਤਾਂ ਇੱਥੇ ਹੀ ਖੁੱਲ ਜਾਣਾ ਹੈ ਜੀ, ਵੀ ਸਮਾਂ ਆ ਜੂ ਦੇਖੀ ਜਾਓ ਵੀ ਚੁਕਾ ਦੇਣ ਹੁਕਮ ਤਾਂ ਹੋਏ, ਕੋਈ ਗੱਲ ਨਹੀਂ ਨਿਹਾਲ। ਤਾਂ ਮਹਾਰਾਜ ਕਹਿੰਦੇ ਨਾ ਆਪ ਲੜੂ ਨਾ ਫੌਜ ਲੜਾਊ, ਵੀਰਾਂ ਕੇ ਗੋਸ਼ੇ ਬਾਂਧ ਮੰਗਾਊ, ਲੰਕ ਲੁੱਟ ਲਾਊ, ਬਲੰਕ ਲੁੱਟ ਖਾਊ। ਪਰ ਉੱਧਰੋਂ ਬਹੁਤ ਰੁਕੀ ਦਾ ਵੀ ਆਹੀ ਸੂਰਜ ਠੰਡੀ ਜੀ ਚੰਗੀ ਹੈ। ਪਿਆਰ ਦੇ ਨਾਲ ਮੈਂ ਕੁਝ ਬਚਨ ਜਿਹੜੇ ਅੱਜ ਸੰਤਾਂ ਨੇ ਸ਼ੁਰੂ ਕਰਤੇ, ਸੰਤ ਮਹਾਰਾਜ ਦੀ ਪੁਰੀ ਹੈ ਇੱਥੇ ਉਪਦੇਸ਼ ਜਾਂ ਪ੍ਰਚਾਰ ਕਰਨਾ ਤਾਂ ਬਹੁਤ ਦੂਰ ਹੈ, ਤਾਂ ਰਲ ਕੇ ਹੀ ਰਸ ਜਿਹਾ ਮੰਗਣਾ ਬਸ। ਮੈਂ ਕੋਈ ਆਗੂ ਨਹੀਂ, ਸੰਤ ਰੂੜ ਸਿੰਘ ਵੀ ਪਰੇ ਅੱਜ ਖੂੰਜੇ ਬੈਠ ਕੇ ਪਤਾ ਨਹੀਂ ਤਾਕਤ ਪੋਸ਼ੇ ਮਾੜਾ ਹੋਊਗਾ ਵੀ ਟੁੱਟਣਾ ਜਾਵੇ। ਹੋ ਸਕਦਾ ਵੀ ਬਾਬਾ ਲਾਲ ਸਿੰਘ ਜੀ ਨੂੰ ਉਡੀਕਦੇ ਹੁਣ ਵੀ ਫੇਰ ਵੀ ਉਤਰਨਾ ਪਊਗਾ। ਮੈਂ ਦੋ ਕੁ ਗੱਲਾਂ ਵਿਚਾਰੀਆਂ ਵੀ, ਤੀਜਾ ਕਿਸੇ ਨੇ ਨਹੀਂ ਦੇਖਿਆ। ਦੇਖਿਆ ਮੈਂ ਉਤਰਾ ਚੜਾ ਮੇਰੀ ਮਾਲਾ ਇੱਧਰ ਨੂੰ ਵੀ ਚਲੀ ਜਾਂਦੀ ਹੈ, ਫਿਰ ਹੀ ਜਾਂਦਾ ਬੈਠਾ, ਕੋਈ ਦਿਖਾਵੇ ਦੀ ਤਾਂ ਨਹੀਂ ਮਾਲਾ। ਕੁਝ ਵਿਚਾਰ ਮੈਂ ਜਿਹੜੇ ਕਰਨੇ ਨੇ ਉਹ ਤਾਂ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਕਹਿ ਜ਼ਰੂਰ ਜਾਣੀ ਉਹ ਗੱਲ ਲੱਕ, ਕਿਉਂ ਮੇਰੀ ਜੱਟ ਵਾਲੀ ਰਾਹਲ ਹੁੰਦੀ ਹੈ, ਮੈਂ ਵੀ ਹਲ ਵਾਹਿਆ। ਇਹਨਾਂ ਕਿਹੋ ਰਾਹਲ ਕਿਵੇਂ ਬਗਲੀ ਦੀ ਹੈ, ਖੁਦ ਹਲ ਵਾਹਿਆ ਮੈਂ, ਐਸੀ ਕੋਈ ਗੱਲ ਨਹੀਂ। ਰਾਹਲ ਹੁਣ ਤਾਂ ਰਾਹਲਾਂ ਹੀ ਗਈਆਂ, ਟਰੈਕਟਰ ਆ ਗਏ, ਬਸ ਚਲੋ ਚਾਲ ਹੈ, ਚਲੋ ਚਲੀ ਦਾ ਮੇਲਾ। ਕੌਣ ਗੁਰੂ ਕੌਣ ਚੇਲਾ ਹੁਣ ਨਹੀਂ ਕੋਈ ਪਤਾ, ਕੌਣ ਗੁਰੂ ਹੈ ਕੌਣ ਚੇਲਾ, ਇਹ ਤਾਂ ਚਲੋ ਚਲੀ ਦਾ ਮੇਲਾ ਹੋਇਆ ਪਿਆ ਹੈ। ਬਸ ਮਰਿਆਦਾ ਦੀ ਵੀ ਗੱਲ ਬਹੁਤ ਵੱਡੀ ਹੈ। ਮੈਂ ਜੋ ਦਸ਼ਮੇਧ ਜੀਆਂ ਦੇ ਅਨਭਵੀ ਬਚਨਾਂ 'ਚ ਗੁਸ਼ਾਪ ਦੇ ਵੱਲੋਂ ਬੋਲਦਾ ਔਰ ਉਹਨਾਂ ਮਹਾਰਾਜ ਜੀਆਂ ਨੇ ਤੋਂ ਦਰਸਾਏ ਨੇ ਔਰ ਸ਼੍ਰਵਣ ਕਰਾਏ ਵੀ ਨੇ, ਮੈਂ ਇਹ ਵੀ ਕਹਿੰਦਾ ਸੁਣਾਏ ਵੀ ਨੇ ਸਿੱਧੇ ਸ਼ਬਦਾਂ 'ਚ ਕਿਨਾਂ ਨੂੰ, ਔਰ ਸੁਣੋ ਵੀ ਕੁਛ। ਆਇਓ ਸੁਣਨ ਪੜ੍ਹਨ ਕੋ ਬਾਣੀ, ਕੁਝ ਵਿਚਾਰ ਸਾਂਝਿਆਂ ਜਾਂ ਚ ਮਹਾਰਾਜ ਰਾਜ ਨਾ ਚਾਹੂੰ। ਮੈਂ ਯੋਧੇ ਸੂਰ ਮੈਂ ਭੀਸ਼ਮ ਪਤਾਮਾ ਭਗਵਾਨ ਕ੍ਰਿਸ਼ਨ ਚੰਦਰ ਆ ਗਏ, ਸਵਾ ਸਵਾ ਗਿਟਤੀ ਸੇਜਾ ਮੰਗੀ ਸੀ। ਕਹਿੰਦੇ ਨਹੀਂ ਸੁੰਦਰ ਸੇਜਾ ਦੀ ਲੋੜ ਨਹੀਂ ਧਰਮ ਦ੍ਰਿਸ਼ਟ, ਮੈਨੂੰ ਤੀਰਾਂ ਦੀ ਸੇਜਾ, ਵਿੱਚੀ ਵੀ ਲੰਘੇ ਨੇ ਤੀਰਾਂ ਦੀ ਸੇਜਾ ਤੇ ਪਏ ਵੀ ਨੇ, ਦੋਵੇਂ ਪ੍ਰਮਾਣ ਮੈਂ ਦਿਊਂਗਾ ਜੋ ਮਹਾਂਭਾਰਤ ਦੀ ਵਸਤੂ ਹੈ। ਯੁੱਧ ਹੋਇਆ, ਸਮਾਪਤੀ ਹੋ ਗਈ, ਭੀਸ਼ਮ ਪਿਤਾਮਾ ਤੂੰ ਧੰਨ ਹੈ ਜਿਹੜਾ ਅਜੇ ਵੀ ਸ਼ਾਸਤਰਾਂ 'ਤੇ ਆਸਣ ਲਾਈ ਪਏ। ਮੇਰਾ ਦਿਲ ਚਾਹੁੰਦਾ ਹੈ ਮੈਂ ਆਪਣੀ ਪੁਰੀ ਨੂੰ ਤੈਨੂੰ ਭੇਜ ਦਿਆਂ, ਹੁਣ ਤੂੰ ਔਖਾ ਨਾ ਹੋ। ਸਵਾਸ ਦਿਖਦੇ ਨੇ, ਰੋਮ ਰੋਮ ਤੱਕ ਸਰੀਰ ਸਾਰਾ ਤੀਰਾਂ ਨਾਲ ਛਾਣਿਆ ਪਿਆ ਤੇਰਾ। ਦਸ਼ਮੇਸ਼ ਜੀਆਂ ਵੱਲ ਵੀ ਤੱਕਿਓ,
ਔਰ ਇਹ ਲੋਕ ਉੱਥੇ ਤੱਕ ਨਹੀਂ, ਇਹਨਾਂ ਨੇ ਖਹਿੜਾ ਛੱਡਿਆ ਰਾਹੂ ਕੇਤੂਆਂ ਨੇ, ਜਿੱਥੇ ਦੀ ਅਮਰ ਕਥਾ ਸੱਚਖੰਡ ਵਸੈ ਨਿਰੰਕਾਰ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਰਾ ਜ਼ਹੂਰ। ਇਹ ਲੋਕ ਉੱਥੇ ਵੀ ਮਗਰੇ ਗਏ, ਅੱਛਾ ਦੁਸ਼ਮਣ ਵੀ ਗਏ। ਇੱਕ ਥਾਂ ਮੇਰੀਆਂ ਧਾਹਾਂ ਪੈ ਗਈਆਂ, ਸੋਚਣਾ ਸੁਦਾਗਰ ਘੋੜਿਆਂ ਦਾ ਮਹਾਰਾਜ ਦੇ ਦਰਸ਼ਨ ਕੀਤੇ ਬੈਠ ਗਿਆ। ਆਹ ਭਾਈ ਪ੍ਰੇਮੀਆਂ ਤੂੰ ਕਿੱਥੋਂ ਸਨ? ਮਹਾਰਾਜ ਧੀਰਜ ਦਿੰਦੇ, ਦੁਸ਼ਮੇ ਜੀ ਕਿੱਥੇ? ਪਟਨਾ ਸਾਹਿਬ, ਲਖਨੌਰ ਸਾਹਿਬ, ਆਨੰਦਪੁਰੀ ਛੱਡ ਕੇ ਫੇਰ ਮੁੜ ਸਰਸਾ ਦੇ ਵਿਛੋੜੇ, ਚਮਕੌਰ ਗੜੀ, ਮਾਛੀ ਵਾੜਾ, ਆਲਮਗੀਰ, ਚਲੋ ਮੁਕਤਸਰ, ਖਿਦਰਾਣੇ ਦੀ ਢਾਬ, ਗੁਰੂ ਕਾਂਸ਼ੀ, ਦਮਦਮਾ ਸਾਹਿਬ, ਇੱਥੋਂ ਕਿੱਥੇ ਸੱਚਖੰਡ ਹਜ਼ੂਰ ਸਾਹਿਬ। ਉਹ ਸੁਣ ਕੇ ਕੁਛ ਕਿਸੇ ਤੋਂ ਸੁਣਿਆ ਉਸਨੇ, ਦੇਖੋ ਕਿਤੇ ਕਿਤੇ ਆਪ ਤਾਂ ਵਿਦਵ ਸਾਰੇ ਹੀ ਗੁਰੂ ਪਰਮੇਸ਼ਰ ਹੈ, ਉਹ ਮੈਂ ਤਾਂ ਇੱਕ ਹੂੰ, ਪਰ ਮੈਂ ਵੀ ਸਮਾਂ ਲੰਘਾਉਣਾ। ਆਹ ਭਾਈ ਪ੍ਰੇਮੀਆਂ, ਆਹ ਸਿੱਖਾ ਕਿਵੇਂ ਆਏ ਹੈ? ਕਹਿੰਦਾ ਮਹਾਰਾਜ ਮੈਨੂੰ ਸਿਆਣ ਲਿਆ ਤੁਸੀਂ। ਕਹਿੰਦੇ ਦੱਸਦੇ ਭਾਈ, ਹੁਣ ਸਿਆਣ ਪਤਾ ਆਨੰਦਪੁਰੀ ਦੀਆਂ ਸਾਂਝਾਂ, ਯੁੱਗਾਂ ਦੀਆਂ ਚੇਤਾ ਜਨਮਾਂ ਦੀਆਂ ਸਾਂਝਾਂ ਆਪਣੀਆਂ ਪਈਆਂ ਹੁੰਦੀਆਂ, ਤੂੰ ਦੱਸ ਕਿਵੇਂ ਆਇਆ? ਕਹਿੰਦਾ ਮਹਾਰਾਜ ਮੈਂ ਕਾਬਲ ਕੰਧਾਰ ਤੋਂ ਆਇਆ। ਕਿਵੇਂ ਆਇਆ? ਮੈਂ ਸੁਦਾਗਰ ਤੁਹਾਡੇ ਪਾਸ ਘੋੜੇ ਲੈ ਕੇ ਆਉਂਦਾ ਹੁੰਦਾ, ਇੰਨੇ ਘੋੜਿਆਂ ਦਾ ਮੁੱਲ ਆ ਗਿਆ ਸੀ, ਅਜੇ ਇੰਨਾ ਮੁੱਲ ਰਹਿੰਦਾ ਤੁਹਾਡੇ ਬਣੀ। ਸੋਚਿਓ ਜਰਾ, ਇੰਨੀਆਂ ਮੁਸ਼ਕਲਾਂ, ਪਹਾੜਾਂ ਦੇ ਪਹਾੜ, ਕਈ ਦਫ਼ਾ ਮੈਂ ਇੱਕ ਮੁਹਾਵਰੇ ਦੀਆਂ ਵਸਤੂਆਂ ਚੋਂ ਆਏ ਕਹਿ ਕੇ ਸੋਚੀ ਰਹੇ ਕੀ ਲੋਕ, ਉੱਥੇ ਤਾਹਾਂ ਪੈ ਗਈਆਂ। ਹਜ਼ੂਰ ਕਹਿੰਦੇ ਕਿੰਨੀ ਮਾਇਆ ਤੇਰੀ, ਇੰਨੀਆਂ ਮੋਹਰਾਂ ਰਹਿੰਦੀਆਂ ਨੇ। ਉਹ ਬੇਦਰਦਿਆ, ਤੈਂ ਅਜੇ ਦਰਦ ਨਹੀਂ ਕੀਤਾ, ਅਜੇ ਵੀ ਮਗ ਰਿਹਾ। ਕਹਿੰਦਾ ਮਹਾਰਾਜ, ਕਹਿੰਦੇ ਕੋਈ ਨੀ, ਤੈਨੂੰ ਮਿਲ ਜਾਂਦੀ ਹੈ ਬਸ। ਆਪ ਵੀ ਸੋਚਿਓ, ਸਭ ਪਰਿਵਾਰ ਵਾਰ ਕੇ ਇੱਕ ਸ਼ਾਹੀ ਫਕੀਰ, ਮੀਰ ਵੀ ਤੇ ਫਕੀਰ ਵੀ, ਰਾਜਾ ਜੋਗੀ ਹੈ, ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਵਾਹ, ਫਕੀਰ ਵੀ ਹੈ। ਅੱਛਾ ਭਾਈ ਦਿਆ ਸਿੰਘ, ਖਜ਼ਾਨੇ ਚੋਂ ਲਿਆ ਦੇ ਇਹਨੂੰ। ਉੱਥੇ ਤਾਹਾਂ ਪੈ ਗਿਆ ਮੇਰੀਆਂ ਅਜੇ ਤੱਕ ਵੀ। ਆਪ ਵੀ ਸੋਚੋਗੇ, ਤੂੰ ਕੁਛ ਭਲੀ ਉਮੰਗ ਕਰ ਲੈਂਦਾ, ਆ ਤੇਰੇ ਅਜੇ ਲੇਖਾਂ ਵਿੱਚ ਇਹੀ ਮੈਂ ਲੈਣਾ। ਕਹਿੰਦੇ ਲੈਣਾ ਲੈ ਜਾ, ਤੂੰ ਲੈਣਾ ਹੋਵੇਗਾ ਲੈ ਜਾ, ਅਸੀਂ ਦੇਣਾ ਤੇਰਾ। ਆਪ ਸੋਚਿਆ, ਦੁਸ਼ਮਣ ਵੀ ਮਗਰ ਗਏ, ਅਜੇ ਹਿਸਾਬ ਕਿਤਾਬ ਵਾਲੇ ਵੀ ਮਗਰੇ ਹਨ, ਇਹਨੂੰ ਇੰਨੀਆਂ ਮੋਹਰਾਂ ਲਿਆ ਕੇ ਭਾਈ ਸੁਦਾਗਰ ਨੂੰ ਦੇ ਦਿਓ। ਸੋਚਿਆ, ਇਹ ਕੀ ਤੂੰ ਲਿਆਇਆ? ਕੀ ਅੰਮ੍ਰਿਤ ਲਿਆਇਆ? ਆਪਣੇ ਆਪ ਨੂੰ ਤਿਰਕਾਰ ਮੈਂ ਦੇ ਰਿਹਾ, ਇਹ ਕਿੱਥੇ ਲਾਵੀਂ? ਸੋਚ ਰਹੇ ਹੋ? ਇਹੋ ਜਿਹੇ ਲੋਕ ਵੀ ਪਿੱਛੇ ਹੀ ਲਗੇ ਹੀ ਚੱਲੇ, ਕਿੱਥੇ ਦੱਖਣ ਦੇਸ਼, ਕਿਵੇਂ ਗਿਆ, ਕਿਵੇਂ ਪਹੁੰਚਿਆ? ਮੈਂ ਘੋੜੇ ਜਦੋਂ ਵੇਚ ਕੇ ਗਿਆ ਤੁਹਾਡੇ ਕੋਲੋਂ, ਉਦੋਂ ਬਾਅਦ ਤੁਹਾਡਾ ਯੁੱਧ ਸੀ, ਮਿਲਣ ਦਾ ਸਮਾਂ ਨਾ ਖਜ਼ਾਨਚੀ ਦਾ ਨਾ ਤੁਹਾਡਾ, ਮੇਰੀ ਮਾਇਆ ਤੁਹਾਡੇ ਵੱਲ ਰਹਿ ਗਈ ਸੀ। ਵਾਹ ਵਾਹ, ਅਵਤਾਰਾਂ ਨੇ ਫਿਰ ਸੋਚੀ ਦੇ
ਇਹ ਸੂਰਜ ਚੰਦਰਮੇ ਨੇ ਵੀ ਦੇਣਾ ਕਿਸੇ ਦਾ, ਆਕਾਸ਼ਾਂ ਚ ਉੱਡਦਾ। ਕਈ ਦਫ਼ਾ ਆਪਣੇ ਸੁਣਿਆ, ਮੈਨੂੰ ਸਵੜੇ ਵੀ ਸੰਤ ਹੁੰਦੇ, ਉਹ ਕਹਿੰਦੇ ਤਾਂ ਲੋਕ ਤੂੰ ਬਚ ਕੇ ਚੱਲ, ਮੈਨੂੰ ਕਹਿੰਦੇ ਬਚ ਕੇ, ਮੈਂ ਕਿਹਾ ਬਚੇ ਹੋਏ ਉਦੋਂ ਜਵਾਨੀ, ਬਚ ਕੇ ਚੱਲੀ ਕਿਉਂ ਮਹਾਰਾਜ? ਵੈਸੇ ਉਹ ਮੇਰੇ ਗੁਰੂ ਭਾਈ ਲੱਗਦੇ ਸੀ, ਅਸੀਂ ਇਕੱਠੇ ਸੰਤ ਕਿਰਪਾ ਦਾਸ ਜੀਆਂ ਦੇ ਕੋਲ ਪੜ੍ਹਦੇ ਨੇ, ਉਹ ਮਹੰਤ ਬਣ ਗਏ ਸੰਤ ਅਤੇ ਮੈਂ ਉਡੰਤ। ਮੈਨੂੰ ਕਹਿੰਦੇ ਅੱਜ ਤੈਨੂੰ ਮਹੰਤੀ ਮਿਲੀ ਹੈ ਰੋੜਿਆਂ ਦੀ, ਸੂਰਜ ਚੰਦਰਮਾ ਦੇ ਮਗਰ ਵੀ ਇਹ ਰਾਹੂ ਕੇਤੂ ਗ੍ਰਹਿ ਇਹ ਆਕਾਸ਼ ਵਿੱਚ ਉੱਡਣ ਵਾਲਿਆਂ ਦੇ ਵੀ ਪਿੱਛੇ ਹੀ ਰਹਿੰਦੇ ਹੁੰਦੇ ਨੇ। ਇਹ ਬਿਲਕੁਲ ਕੋਈ ਆਪ ਸੋਚ ਲਿਓ, ਬਚ ਕੇ ਚੱਲਣਾ, ਕੋਈ ਦੁਸ਼ਮਣਾਂ ਵਿੱਚੋਂ ਬਚ ਕੇ ਨਿਕਲ ਜਾਵੇ। ਮੇਰਾ ਖੁਦ ਪਿਤਾ ਜੀ ਨੇ ਜਨਮ ਦਿੱਤਾ, ਮਾਤਾ ਪਿਤਾ ਨੇ, ਉਹ ਕਹਿੰਦੇ ਹੁੰਦੇ ਤੇਰਵੀਂ ਵਿਦਿਆ ਹੈ, ਪਤਾ ਨਹੀਂ ਉਹ ਬਿਲਕੁਲ ਅਨਪੜ੍ਹ, ਉਹਨਾਂ ਨੂੰ ਊੜਾ ਅਲਫ ਨਾ ਆਵੇ। ਕਹਿਣ ਲੱਗੇ ਤੇਰਵੀਂ ਵਿਦਿਆ ਜਿਹੜਾ ਦੁਸ਼ਮਣਾਂ ਦੇ ਘੇਰੇ ਵਿੱਚੋਂ ਨਿਕਲ ਜਾਵੇ ਉਹ ਵੀ ਇੱਕ ਤੇਰਵੀਂ ਵਿਦਿਆ ਦਾ ਮਹਾਨ ਵਿਦਵਾਨ ਹੈ, ਜਿਹੜਾ ਦੁਸ਼ਮਣਾਂ ਚੋਂ ਵੀ ਬਚ ਕੇ ਪਾਸਾ ਵੱਟ ਕੇ ਨਿਕਲ ਜਾਂਦਾ। ਪਰ ਅਫਸੋਸ, ਆ ਉਸ ਧਰਤੀ ਦੇ ਨਾਲ ਕੁਛ ਸੰਬੰਧਿਤ ਆਪਾਂ ਵੀ ਸੰਬੰਧੀ ਹਾਂ, ਜੋ ਸੰਬੰਧਿਤ ਹੋਏ ਹੋ ਧੰਨ ਭਾਗ ਨੇ, ਜਿੱਥੇ ਇੱਕ ਇੱਕ ਘੜੀ ਵੀ ਗੁਜ਼ਾਰਦੇ ਹੋ, ਇੱਕ 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 ਇੱਟ ਸੁਣਿਆ, ਇੱਕ ਡਲੀ ਵੀ ਕਿਸੇ ਦੀ ਲੱਗ ਗਈ ਸੱਚੀ ਦਰਗਾਹ ਵਿੱਚ, ਜਿਉਂਦਿਆਂ ਹੀ ਲੱਗ ਗਈ ਉਹਨਾਂ ਦੀ ਤਾਂ, ਉਹਨਾਂ ਨੂੰ ਤਾਂ ਜਿਉਂਦਿਆਂ ਹੀ ਬਹਿਸ਼ ਸੁਰਗ ਬੈਕੁੰਠ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਂਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਹੁਣ ਕੁਛ ਵਿਚਾਰ, ਮੈਂ ਨੇਕ ਕਲੰਕ ਬਾਰੇ ਵੀ ਹੁਣ ਬੋਲਦਾ ਥੋੜ੍ਹਾ ਜਿਹਾ, ਕਿ ਜਦੋਂ ਜੋਤ ਨੇ ਆਉਣਾ। ਇੱਧਰ ਮੈਂ ਇੱਕ ਪਹਿਲਾਂ ਭੂਮਿਕਾ ਰੱਖ ਦਿੰਦਾ ਨਾਲ, ਨੇਕ ਕਲੰਕ ਵੱਜਿਆ ਡੰਕ, ਇੱਥੇ ਪ੍ਰਮਾਣ ਦਿੱਤਾ ਗਿਆ ਹੈ ਭਵਿੱਖਤ ਪੁਰਾਣ ਦਾ, ਸੌ ਸਾਖੀ ਵਿੱਚ ਵੀ ਆਊ ਇੱਕ ਵਸਤੂ, ਭਵਿੱਖਤ ਵਚਨਾ ਪੇਸ਼ੀਨ ਗੋਈ ਵਿੱਚ ਵੀ ਆਉਂਦੀ ਹੈ, ਕਿ ਜੋ ਚੌਵੀ ਸਮੇਂ ਅਵਤਾਰ ਨੇ ਆਉਣਾ ਉਹਨੂੰ ਨੇਕ ਕਲੰਕ ਕੇ। ਮੈਂ ਤਿੰਨ ਰੂਪ ਉਹਦੇ ਪ੍ਰਾਪਤ ਕੀਤੇ ਨੇ, ਪਰ ਖੁਲਾਸਾ ਤੁਸੀਂ ਕਰਨਾ ਤਰਜਮਾ। ਜਿਵੇਂ ਦਸ ਗੁਰੂ ਨਾਨਕ ਆਏ ਹੈ, ਨਾਨਕ 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 ਮਈ ਦਸ ਨਾਨਕ, ਗਿਆਰਵੇਂ ਗੁਰੂ ਗ੍ਰੰਥ ਸਾਹਿਬ ਨਾਨਕ ਅਕਾਲ ਦਾ ਰੂਪ, ਉਹ ਚੌਵੀਸਵੇਂ ਅਵਤਾਰ ਦੇ ਤਿੰਨ ਸਰੂਪ, ਤਿੰਨ ਨਾਮ, ਭਾਗ ਪਲੇ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ। ਭਾਗ ਪਲੇ ਕਲਕੀ ਅਵਤਾਰ, ਕਲਕੀ ਵੀ ਕੀ, ਨੇਕ ਲੰਕ ਵੀ ਕੀ। ਹੁਣ ਦਸ਼ਮੇਸ਼ ਪਿਤਾ ਜੀ, ਇਹ ਕਿਸ ਦੇ ਬਾਰੇ, ਮੈਂ ਇਹਨਾਂ ਗੁਪਤ ਵਸਤੂਆਂ ਬਾਰੇ, ਇਹਨੂੰ ਕੌਣ ਸੰਭਾਲੂ, ਕੌਣ ਕਢਾਊਗਾ, ਕੌਣ ਪ੍ਰਗਟ ਕਰੂਗਾ, ਉਹ ਵੀ ਸੁਣੋ ਪਿਆਰ ਨਾਲ। ਜਿਵੇਂ ਗੁਰੂ ਜੀ ਦਸ਼ਮੇਸ਼ ਪਿਤਾ ਆਪਣੀ ਕਥਾ ਹੇਮਕੁੰਡ ਸਾਹਿਬ ਦੇ ਚੌਵੀ ਕਲਪ ਯੁੱਗ ਚੌਵੀ ਉਸ ਸਥਾਨ ਬਾਰੇ, ਸੱਚਖੰਡ ਨਾਦੇੜ ਸਾਹਿਬ ਅਵਚਲ ਨਗਰ ਤਖ਼ਤ ਸਾਹਿਬ, ਤਖ਼ਤ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ,
24 ਕਲਪ ਜੁਗ ਦਾ ਜਿੱਥੇ ਸਾਡਾ ਤਪ ਕੀਤਾ ਹੈ, ਆਓ ਸਿੰਘ ਉੱਥੇ ਤੁਹਾਨੂੰ ਦੀਦਾਰ ਕਰਾਈਏ। ਉਹੀ ਪੌੜੀਆਂ ਸੱਚਖੰਡ ਆਹੀ ਮਾਲ ਵਿੱਚ ਰਚੀ ਗੁਰਕਾਂਸ਼ੀ ਦਮਦਮਾ ਤਹਿ ਤੇ ਚੱਲੀ ਟਕਸਾਲ। ਮੈਂ ਇੱਥੋਂ ਵਸਤੂ ਕਾਵਿ ਵਿੱਚ ਕੁਛ ਲਿਖੀ ਹੋਈ ਹੈ, ਇਹ ਟਕਸਾਲ ਕਿੱਥੋਂ? ਇੱਕ ਓਅੰਕਾਰ ਤੋਂ 9 ਮਹੀਨੇ 9 ਦਿਨ 9 ਕਣੀਆਂ 9 ਪਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਨਭਵ ਪ੍ਰਕਾਸ਼ ਉੱਥੇ ਸਭ ਜਵਾਬ ਦੇ ਗਏ। ਧੀਰ ਮਲੀਏ ਵੀ, ਕਰਤਾਰਪੁਰੀ ਵੀਰ ਵੀ, ਇੱਥੇ ਭਾਈ ਬੰਨੋ ਵਾਲੀ ਵੀਰ, ਸਭ ਵੀੜਾਂ ਥਾਂ ਥਾਂ ਤੇ ਪਈਆਂ ਨੇ। ਧੀਰਮਲ ਨੇ ਇਹੀ ਤੀਰ ਮਾਰਿਆ ਸੀ 5 ਪਿਆਰਿਆਂ ਨੂੰ, ਜੇ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਹੈ, ਸਾਡੇ ਗੁਰੂ ਬਜ਼ੁਰਗਾਂ ਨੇ ਤਾਂ ਬਾਣੀ ਆਪ ਰਚੀ ਧੁਰੋਂ ਆਈ, ਜੇ 10ਵਾਂ ਪਾਤਸ਼ਾਹ ਗੁਰੂ ਨਾਨਕ ਹੈ ਤਾਂ ਉਹ ਆਪਣੀ ਬਾਣੀ ਆਪੇ ਹੀ ਰਚ ਲੈਣ। ਹਜ਼ੂਰ ਨੇ ਜਦੋਂ 5 ਪਿਆਰਿਆਂ ਚੋਂ ਜਾ ਕੇ ਇਹ ਵਾਪਸੀ ਦਾ ਸੁਨੇਹ ਸੁਨੇਹਾ ਧੀਰ ਮਲ ਦਾ ਸੁਣਿਆ, ਉਸ ਤੋਂ ਪ੍ਰਾਰੰਭ, ਆ ਜਾਓ ਸਿੰਘੋ, ਜੇ ਇਹ ਵਚਨ ਨਾ ਸੁਣਾਉਂਦੇ ਨਾ ਕਰਦੇ ਰਚਨਾ ਤਾਂ ਸਾਡੇ ਜਿੰਨੇ ਵੀ ਸੰਗੀ ਸਾਥੀ ਅਸੀਂ ਲੋਕ ਮਗਰ ਤੁਰੇ ਸੀ, ਝਾੜੂ ਬਰਦਾਰ ਚਰਨ ਸੇਵਕ, ਸਾਡੀਆਂ ਸ਼ਰਧਾ ਟੁੱਟ ਜਾਂਦੀਆਂ ਕਿ ਪੂਰਾ ਨੀ ਗੁਰੂ, ਪੂਰੇ ਨੀ ਗੁਰੂ। ਹਜ਼ੂਰ ਨੇ ਅਨਪਾ ਪ੍ਰਕਾਸ਼ ਰਚੀ ਗੁਰਕਾਂਸ਼ੀ ਦਮਦਮਾ, ਉੱਥੋਂ ਇੱਕ ਓਅੰਕਾਰ ਤੋਂ 9 ਮਹੀਨੇ 9 ਦਿਨ 9 ਕੜੀਆਂ 9 ਪਲ ਬਾਣੀ ਆਉਂਦੀ ਹੈ, ਇਹ ਪ੍ਰਕਾਸ਼ ਹੋਇਆ। ਆਹ ਇੱਧਰ ਦੇਖੋ, ਇਹ ਅਨੁਭਵੀ ਵੀੜ ਹੈ, ਕੋਈ ਕਿਸੇ ਦੀ ਨਕਲ ਨਹੀਂ, ਕੋਈ ਪੋਥੀ ਨਹੀਂ, ਕੋਈ ਸੁਣਾਉਂਦਾ ਨਹੀਂ, ਤੁਰੋਂ ਤੁਰ ਕੀ ਬਾਣੀ ਆਈ। ਇਹ ਧਾਰਨਾ ਪੜ੍ਹ ਲਿਓ ਪਿਆਰ ਨਾਲ, ਇਹ ਉਹ ਬਾਣੀ ਬਾਣੀ ਤੁਰ ਦਰਗਾਹ ਤੋਂ ਆਈ ਹੈ, ਪਾਪੀਆਂ ਦੇ ਤਾਰਨੇ ਨੂੰ ਬਾਣੀ ਤੁਰ ਦਰਗਾਹ ਤੋਂ ਆਈ, ਬਾਣੀ ਤੁਰ ਸੁਣ 48 ਗੁਰਸਿੱਖ, ਜਿੱਥੇ 48 ਗੁਰਸਿੱਖਾਂ ਦੀ ਜੀਵਨ ਗਾਥ ਹੈ। ਸੰਗਤਾਂ ਤਾਂ ਹੋਰ ਵੀ ਬਹੁਤ ਸੀ,
ਮਿਥਿਆ ਜਾਨੋ ਜਗਤ ਹੈ ਬ੍ਰਹਮ ਸਤ ਹੈ ਇੱਕ ਤਿੰਨਵੇਂ ਸ਼ਲ ਸੁਰ ਚਲੇ ਵਿਦਾ ਦੇਈ ਦਸ਼ਮੇਸ਼ ਦੋ ਵਿਵੇਕੀ ਰੱਖ ਲਈਏ। ਗੁਰਵਰਮਾ ਰਚਨਾ ਬਿਸ਼ਨ ਮਹੇਸ਼ ਸ਼ਾਂਤੀ ਵੀ ਤੇਜ਼ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਰਵੇਸ਼ ਬਾਬਾ ਦੀਪ ਸਿੰਘ 48 ਗੁਰਸਿੱਖਾਂ ਨੇ ਸੁਣੀ ਜਦੋਂ ਭੋਗ ਪਿਆ। ਕਈ ਰਾਗ ਮਾਲਾ ਤੇ ਟੀਕਾ ਟਿੱਪਣੀ ਕਰਦੇ ਨੇ ਮੁਦਾਵਣੀ ਤੋਂ ਬਾਅਦ ਕਿਉਂ ਹੋਇਆ ਜੀ, ਇਹ ਬਹੁਤ ਕੁਛ ਪਿਆ ਹੈ। ਜਿੱਥੇ ਬੜੇ ਬੜੇ ਸਾਧੂ ਸੰਤਾਂ ਦੇ ਗਿਆਨੀ ਲੋਕਾਂ ਦੇ ਵਿਚਾਰ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ, ਸੰਤਾਂ ਦੀ ਜਿੱਤ ਹੋਈ ਸੀ ਇਹਦੇ ਵਿੱਚ। ਰਾਗ ਮਾਲਾ ਸੱਤ ਹੋਈ, ਸਿੰਘ ਸਾਹਿਬੀਏ ਨਹੀਂ ਮੰਨਦੇ ਸੀ, ਪਸੌੜੀਏ ਨਹੀਂ ਮੰਨਦੇ ਵੀ ਨਹੀਂ ਪੜ੍ਹਨਾ। ਮੈਂ ਇਹਦੇ 'ਤੇ ਕੋਈ ਕਿਸੇ ਨਾਲ ਟੀਕਾ ਟਿੱਪਣੀ ਨਹੀਂ ਹੁਣ ਕਰਦਾ। 18, 10, 20 ਪਿਆ ਭੋਗ ਪੈ ਗਿਆ। ਹੁਣ ਮਰਿਆਦਾ ਬੰਦ ਹੋ ਜੀ, ਆਨੰਦ ਸਾਹਿਬ ਦਾ ਪਾਠ ਕਰ ਦਿਉ। ਖੁਸ਼ੀ ਗਮੀ 'ਚ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਆਨੰਦ ਸਾਹਿਬ ਦਾ ਪਾਠ ਕਰਨਾ। ਬਸ ਜਦ ਦਸ਼ਮੇਸ਼ ਜੀ ਨੇ ਤੱਕਿਆ, 48 ਸਿੰਘ ਜਿਤਨੇ ਸੁਣਦੇ ਸੀ, ਚਾਰ ਮੁਕਤੀਆਂ ਪਹਿਲਾਂ ਮੈਂ ਬੋਲ ਗਿਆ, ਉਸ ਤੋਂ ਬਾਅਦ ਜੇ ਸਵੱਜਿਆ ਸਰੂਪ ਸਲੋਕ ਸਮੀਪਾ, ਹੁਣ ਪੰਜਵੀਂ ਚਾਓ ਜੀਵਨ ਮੁਕਤ। ਕੈਬਲ ਵੀ ਕਹਿ ਦਿਓ, ਕੈਬਲ ਹੋਰ ਹੈ, ਵਿਦੇਹ ਮੋਕਸ਼, ਕੈਬਲ ਮੋਕਸ਼, ਕੈਬਲ ਮੁਕਤੀ ਦਾ ਸੰਤ ਬਿਲਾਸ ਵਿੱਚ ਸੰਤ ਮਹਾਰਾਜ ਨੇ, ਗੁਰਸਿੱਖ ਕਈ ਪ੍ਰੇਮੀਆਂ ਨੇ ਸ਼ੰਕਾ ਕੀਤੀ ਹੈ ਵੀ ਕੈਬਲ ਮੁਕਤੀ ਕਿਹੜੀ ਹੁੰਦੀ ਹੈ। ਮੈਂ ਸੌਖੇ ਹੀ ਕਿ ਜਿਵੇਂ ਅੰਮ੍ਰਿਤ ਬਾਣੀ ਹੈ ਕੋਈ ਸਿੱਖਿਆ ਦੇ ਦੇਵੇ, ਅੰਮ੍ਰਿਤ ਛਕਿਆ ਤਿਆਰ ਕੀਤਾ ਜਿਹੜਾ ਵਰਤਾਵੇ, ਕੈਬਲ ਮੋਕਸ਼, ਜੀਵਨ ਮੁਕਤ, ਵਿਦੇਹ ਮੋਕਸ਼। ਦਸਮ ਪਾਤਸ਼ਾਹ ਨੇ ਉਸ ਵੇਲੇ ਤੋਂ ਵਿਦੇਹ ਮੁਕਤੀ ਜਿਹੜੀ ਮਹਾਰਾਜਾ ਜਨਕ ਸਰੂਪ ਸੀ, ਵਿਦੇਹ ਮੁਕਤ ਹੋ ਗਏ, ਬੰਦ ਕਰ ਦਿੱਤੀ ਵੀ ਹੁਣ ਤੇ ਅੱਗੇ ਨੂੰ ਸਿੰਘਾਂ ਨੂੰ ਜੀਵਨ ਮੁਕਤ ਹੀ ਰੱਖਾਂਗੇ। ਇਹ ਵੀ ਮੈਂ ਬੋਲਦਾ, ਕੋਈ ਸਵਾਲ ਕਰੇ। ਸਵਾਮੀ ਜੀ ਤਾਂ ਬੜੇ ਮਹਾਨ ਵਿਸ਼ਾਲ ਵਿਦਵਾਨ, ਹੋਰ ਗੁਰਸਿੱਖ ਬੈਠੇ ਨੇ, ਇਹ ਕੋਈ ਆਮ ਧਰਤੀ ਨਹੀਂ, ਸੰਤ ਮਹਾਰਾਜ ਦੀ ਭੂਮੀ। ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਤੀ ਦਾਸ ਜੈਸੇ ਗੁਰਸਿੱਖ ਸਰੀਰ ਹੁੰਦਿਆਂ ਹੋਇਆ ਆਣਾ ਚੱਲਦਾ ਦੁਫਾੜ ਨਹੀਂ, ਕੋਈ ਪਤਾ ਨਹੀਂ, ਸੰਤ ਮਹਾਰਾਜ ਦੇ ਚਰਨਾਂ ਦਾ ਆਪਰੇਸ਼ਨ, ਉਹ ਡਾਕਟਰ ਚੈਟਰ ਕੱਟ ਕੱਟ ਸਿੱਟੀ ਜਾਂਦਾ ਹੈ, ਮਹਾਰਾਜ ਤੁਹਾਨੂੰ ਕਲੋਰੋਫਾਰਮ, ਇਹ ਸਮਝ ਲਓ ਦੇਹ ਹੁੰਦਿਆਂ ਵਿਦੇਹ, ਕੋਈ ਤੁਹਾਨੂੰ ਤਕਲੀਫ, ਹਾਏ ਹਾਏ ਦੀ ਆਵਾਜ਼ ਨਹੀਂ, ਅਸੀਂ ਹਾਏ ਮੇਰੇ ਕੰਡਾ ਲੱਗਿਆ, ਹਾਏ ਦੁੱਖ ਹੈ, ਆ ਸ਼ਾਸਤਰ ਲੱਗਿਆ, ਕੋਈ ਪਤਾ ਨਹੀਂ ਕਿਹਦਾ ਸਰੀਰ ਕੱਟਿਆ ਜਾ ਰਿਹਾ ਹੈ। ਜਿੱਥੇ ਇੱਕ ਬੰਦ ਬੰਦ ਕਟਵਾਉਣ ਵਾਲੇ ਅੰਗ ਅੰਗ ਦੀ ਵਜਾਏ ਸਰਾਪ ਕਹਿ ਦਿਓ, ਚਲੋ ਪੰਜ ਪਿਆਰਿਆਂ ਜਾਂ ਕੱਲ ਤੱਕ ਤੋਂ ਕਹਿਤਾ ਭਾਈ ਸਾਹਿਬ ਕਿਉਂ ਕੀਤਾ ਸੀ, ਸਿਰਫ ਕਿ ਮੈਂ ਤਾਂ ਖਾਲਸਾ ਜੀ ਤੁਹਾਡੇ ਭਲੇ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੋਥੀਆਂ ਅਰਚਾਤੀਆਂ ਦੋ ਭਾਗ ਪੜ੍ਹ ਲਿਆ ਕਰਿਓ, ਪੰਜ ਗ੍ਰੰਥੀ ਤੁਹਾਡੇ ਵਾਸਤੇ, ਭਗਤ ਬਾਣੀ ਸਟੈਪ ਬਾਈ ਸਟੈਪ ਪੜ੍ਹਨ ਵਾਸਤੇ, ਭਗਤ ਬਾਣੀ ਮੈਂ ਤੁਹਾਡੇ ਵਾਸਤੇ, ਪੰਜ ਬਾਣੀਆਂ ਦਾ ਨਿਤਨੇਮ ਤੁਹਾਡੇ ਵਾਸਤੇ, ਜਪਜੀ ਸਾਹਿਬ ਦਾ ਪਾਠ ਵੀ ਕੋਲ ਵੀ ਲੈ ਜਾਇਓ, ਗਾਤਰੇ ਪਾ ਲਿਓ, ਗੁਟਕਾ ਗਾਤਰੇ, ਵੀ ਤੁਹਾਡਾ ਭਲਾ ਹੋ ਜੀ। ਪਰ ਕੋਈ ਗੱਲ ਨਹੀਂ, ਹਾਂ ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਕੀਤਾ,
ਤੁਹਾਨੂੰ ਅਕਾਲ ਤਖ਼ਤ ਤੋਂ ਹੁਕਮ ਹੈ ਤੁਹਾਡਾ ਅੰਗ ਅੰਗ ਕੱਟਿਆ ਜਾਵੇ। ਕਹਿ ਦਿੱਤਾ, ਬਚਨ ਹੋ ਗਿਆ, ਕੋਈ ਗੱਲ ਨਹੀਂ। ਜਾਂ ਸਮਾਂ ਆਇਆ ਅੰਗ ਅੰਗ ਦੀ ਬਜਾਏ ਬੰਦ ਬੰਦ ਕਟਵਾਇਆ। ਇਹ ਕਿਹੜੀ ਮੁਕਤੀ ਹੈ? ਵਿਦੇਹ ਮੋਕਸ਼। ਦੇਹੀ ਹੁੰਦਿਆਂ ਐ ਕੱਟਦੇ ਨੇ, ਤੋੜਦੇ ਨੇ, ਇਹਨੂੰ ਵਿਦੇਹ ਮੁਕਤੀ ਕਿਹਾ, ਮੋਕਸ਼, ਵਿਦੇਹ ਮੋਕਸ਼। ਅਨੁਭਵ ਜਿਹੜੇ ਗੁਪਤ ਵਸਤੂਆਂ ਤੇ ਮੈਂ ਇਹਦੇ ਨਾਲ ਲਿਆ ਰਿਹਾ ਵਸਤੂ ਦਾ ਜਿਹੜਾ ਆਨੰਦ ਵਧਿਆ। ਹੁਣ ਜਾ ਕੇ ਹਰਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ, ਅਨੰਤ ਮੁਕਤੀਆਂ ਖੜੀਆਂ ਨੇ ਉਹ ਗੇਟ ਤੇ ਦਰਵਾਜ਼ੇ ਤੇ, ਸਮਝ ਲਓ ਉੱਥੇ ਖੜੀਆਂ ਨੇ ਤੇ ਦੇਖੀਆਂ ਨੇ ਤੁਸੀਂ। ਚਾਰ ਨੀ, ਪੰਜ ਨੀ, ਛੇ ਨੀ, ਸੱਤ ਨਹੀਂ, ਅਨੰਤ ਮੁਕਤੀਆਂ। ਹੋਰ ਮੰਗਾਂ ਤੁਸੀਂ ਮੰਗੀ ਜਾਂਦੇ ਹੋ ਉਹ ਮੁਕਤੀਆਂ ਕਹਿੰਦੀਆਂ, ਕਿਆ ਅਨੰਤ ਮੁਕਤੀਆਂ। ਪਰ ਕੁਦਰਤੀ ਕਿ ਮਹਾਰਾਜ ਤੁਹਾਡੇ ਹੱਥ ਵਿੱਚ ਬਾਰਸ ਕਰਦਾ ਹੈ ਰਿੱਧ ਸਿੱਧ, ਇੱਥੇ ਰਿੱਧੀਆਂ ਤੇ ਸਿੱਧੀਆਂ ਐ ਚਾਹੁੰਦੀਆਂ ਨੇ ਕੁਛ, ਉਹ ਵੀ ਆਗਿਆ ਚਾਹੁੰਦੀਆਂ ਹਨ ਕਿ ਆਪ ਮੁਖ ਮੁਖ ਐ ਮੁਖ ਕਰ ਲਿਆ। ਜਿਨ੍ਹਾਂ ਦੇ ਵਿੱਚ ਇਹ ਤਾਕਤ ਹੈ ਉੱਥੇ ਖੜੀਆਂ ਨੇ ਦਰਵਾਜ਼ੇ ਤੇ। ਤੁਸੀਂ ਹੋਰ ਕੁਝ ਮੰਗੀ ਜਾਂਦੇ ਹੋ, ਸਾਨੂੰ ਵੀ ਤੁਸੀਂ ਵਰ ਲਓ, ਵਰ ਲਓ। ਮੁਕਤੀਆਂ ਪੁਕਾਰਾਂ ਕਰਦੀਆਂ, ਮੁਖ ਸਲਾਹਣ ਜੋ ਹੈ ਐ ਹੱਥ ਤੇ ਹੈ ਤੁਹਾਡੇ, ਇੱਕ ਕਾਬਲ ਰੇਖਾ ਬਣੀਆਂ। ਜਦੋਂ ਐ ਹੱਥ ਕਰ ਲਓ, ਤੁਹਾਨੂੰ ਸਾਹਮਣੇ ਕਹਿ ਰਹੀਆਂ ਨੇ ਹੱਥ ਤੋਂ, ਦੱਸੋ ਸਹੀ ਵਾਰਸ ਘਰ ਵਾ ਵਾਂਗ ਰਿੱਧ ਸਿੱਧ ਸਨਮੁਖ ਮੁਖ ਜੋ ਮੋਹ ਹੈ। ਤਿੰਨ ਲੋਕਾਂ ਤੱਕ ਇੱਕ ਪੁੱਛਦੀਆਂ ਨੇ ਉਹੀ ਰਿੱਧ ਸਿੱਧੀਆਂ ਮੁਕਤੀਆਂ, ਉਹੀ ਚਾਹੁੰਦੀਆਂ ਨੇ ਦੱਸੋ ਅਸੀਂ ਤਿੰਨ ਲੋਕਾਂ ਨੂੰ ਮੋਹ ਕੇ ਐ ਤੁਹਾਡੇ ਚਰਨਾਂ ਵਿੱਚ ਖੜਾ ਦੇਈਏ। ਤਿੰਨ ਲੋਕਾਂਤਰ ਮੋਹ ਹੈ, ਤਿੰਨ ਲੋਕ ਦੇ ਜੋ ਵੀ ਪਦਾਰਥ ਨੇ, ਅੱਜ ਸੱਚਖੰਡ ਕਹਿ ਰਿਹਾ ਜੀ ਅੱਧਾ ਕਰੋੜ ਲੱਗਿਆ, ਉਹ ਕੌਣ ਆਏ ਸੀ ਜਿਨ੍ਹਾਂ ਦੇ ਵਾਸਤੇ ਲੱਗਿਆ, ਜਿਨ੍ਹਾਂ ਲੱਗ ਰਿਹਾ ਕੋਈ ਪਤਾ ਨਹੀਂ। ਕਿੰਨੇ ਲੋਕ ਪਾਤਾਲ ਲੋਕ, ਮਾਤ ਲੋਕ, ਦੇਵ ਲੋਕ ਉਡੀਕਦੇ ਨੇ ਕਿ ਇਹੋ ਜਿਹਾ ਸਮਾਂ ਕਦ ਆਵੇ ਅਸੀਂ ਜਾ ਕੇ ਕਦ ਸੇਵਾ ਵਿੱਚ ਹੱਥ ਵਟਾਈਏ। ਇੱਕ ਦੀ ਮੁੱਖ ਸਲਾਹਣ ਜੋ ਵੈ, ਇੱਕ ਮੋਹਦੀਆਂ ਨੇ, ਇੱਕ ਜੋ ਪੁੱਛਦੀਆਂ ਨੇ ਜੋ ਹੈ ਦੱਸੋ ਸਹੀ। ਐ ਹੱਥ ਐਂ ਕੀਤਾ, ਉਹ ਫੁੱਲ ਤੋਂ ਐ ਮੁਕਤੀਆਂ ਖੜੀਆਂ ਨੇ ਇੱਥੇ ਚਰਨਾਂ ਵਿੱਚ ਵੀ ਨੇ, ਸੱਜੇ ਖੱਬੇ ਚ, ਸੱਜੇ ਖੱਬੇ ਹੱਥ ਵਿੱਚ ਵੀ ਨੇ, ਨਹੀਂ ਬੰਦ ਹੈ। ਜੇ ਐ ਕਰ ਦਈਏ ਐ ਖੜੀਆਂ ਕਹਿਣਗੀਆਂ ਦੱਸੋ ਤਾਂ ਸਹੀ ਕੀ ਹੁਕਮ ਹੈ। ਇੱਥੇ ਕਿੰਨੇ ਪਦਾਰਥ ਆ, ਲੰਗਰ ਭੰਡਾਰੇ, ਰਿੱਧ ਸਿੱਧੀਆਂ ਸ਼ਕਤੀਆਂ, ਚਿੱਤਰ ਗੁਪਤ, ਸ਼ਹੀਦ ਸਿੰਘ, ਐ ਲਾਈਨਾਂ ਵੱਜ ਕੇ ਖੜ ਜਾਣਗੇ ਵੀ ਦੱਸੋ ਕੀ ਹੁਕਮ ਹੈ, ਕਿੱਧਰ ਨੂੰ ਤੁਰੀਏ ਯੁੱਧ ਨੂੰ।
ਜਾਂ ਰਿਧ ਰਿਧ ਨਿਧ ਖਜ਼ਾਨੇ, ਇਹ ਤਿੰਨ ਵਸਤ ਰਿਧੀ ਨਿਧੀ ਸਿੱਧੀ, ਫਿਰ ਮੁਕਤੀ ਭੁਗਤੀ ਜੁਗਤੀਆਂ, ਮੁਕਤੀਆਂ ਅਨੰਤ ਖੜੀਆਂ ਨੇ, ਭੁਗਤੀਆਂ ਪਦਾਰਥ ਭੋਗਣ ਵਾਲੇ, ਦੱਸੋ ਕੀ ਚਾਹੁੰਦੇ ਹੋ? ਜੁਗਤੀਆਂ ਤਰੀਕੇ ਮੈਥਡ ਮਰਿਆਦਾਵਾਂ, ਇੰਨਾ ਕੁਛ ਮੈਨੂੰ ਆਉਂਦਾ ਕੁਛ ਨਹੀਂ, ਪਤਾ ਨਹੀਂ ਕੀ ਬੋਲੀ ਜਾਂਦਾ, ਸਮਝ ਕੀ? ਅਨੰਤ ਮੁਕਤੀਆਂ ਤੇਰੇ ਦਰਵਾਜ਼ੇ ਤੇ ਖੜੀਆਂ ਨੇ, ਜਿਹਨਾਂ ਨੂੰ ਹੁਕਮ ਹੋਊਗਾ ਕਰਤਾਰ ਦਾ। ਅੱਜ ਕਹਿੰਦੇ, ਅੱਜ ਜਦੋਂ ਕਿਹਾ ਵੀ ਸੰਤ ਰੂੜ ਸਿੰਘ ਨੂੰ, ਬਾਬਾ ਜੀ ਲਾਲ ਸਿੰਘ ਜੀ ਧਰਤੀ ਉੱਥੇ ਹੀ ਹੈ, ਹੁਣ ਜਦੋਂ ਲੋੜ ਪਈ ਖਜ਼ਾਨੇ ਪਰ ਪਰ ਜਾਂਦੇ ਕਿੱਥੇ ਨੇ? ਅੱਜ ਇੱਕ ਮਹਾਰਾਜ ਬੈਰਾੜ ਸਿੰਘ ਸਾਡੇ ਤਲਵਾਂ ਤਲਵਾਂ ਦੇਵਲੋਕ ਚੋਂ ਆਇਆ ਨਹੀਂ ਸੀ, ਅਕਾਲ ਪੁਰਖ ਦਾ ਕੁਬੇਰ ਭੰਡਾਰੀ ਖੱਚਰਾਂ ਭਰ ਕੇ ਲੈ ਆਏ ਹਜ਼ੂਰ ਨੇ, ਇੰਨੇ ਹੀ ਇੱਥੇ ਵੀ ਆਏ, ਮੁਕਤੀ ਲੈ ਲਓ ਸਿੰਘੋ, ਮੁਕਤੀ ਲੈ ਲਓ। ਕਹਿੰਦੇ ਨਾ ਨਾ, ਆ ਜਿਹੜੇ ਨਾਲ ਰੱਖੇ ਨੇ ਇਹਨਾਂ ਨੂੰ ਹੋਰ ਨੂੰ ਦੇ ਦਿਓ ਸਿੱਖਾਂ ਨੂੰ, ਅਸੀਂ ਤਾਂ ਤਲਵਾਂ ਲੈਣੀਆਂ ਨੇ, ਤਨਖਾਹ ਲੈਣੀ ਹੈ। ਮਹਾਰਾਜ ਨੇ ਪਤਾ ਕਿਰਪਾ ਕਟਾਕਸ਼ ਹੈ, ਬੀਬਾ ਸਾਹਿਬ ਨੇ ਇੱਕ ਦਫ਼ਾ ਮੈਂ ਕਟਾਕਸ਼ ਕਹਿ ਦਿੱਤਾ, ਜਾਣ ਕੇ ਕੁਦਰਤੀ ਕਟਾਕਸ਼ ਹੈ ਅਵਲੋਕਨ, ਯਾਦ ਆਉਣਾ ਬੀਬਾ ਸਾਹਿਬ ਦੇ ਜਾਂ ਹੁਕਮਨਾਮਾ ਲੈਣੇ। ਅਵਲੋਕਨ ਕਿਨੋ, ਨੇਤਰ ਚ ਇੱਕ ਹੋਰ ਨੇਤਰ ਹੈ, ਕਟਾਕਸ਼ ਹੈ, ਦੇਖਦੇ ਤਾਂ ਸਾਰੇ ਹੀ ਆ, ਉਹ ਨੇਤਰ ਵਿੱਚ ਇੱਕ ਹੋਰ ਨੇਤਰ ਹੈ, ਜਲਵਾ ਕਿਰਪਾ ਭਰੀ ਦ੍ਰਿਸ਼ਟੀ ਨਾਲ ਐ ਤੱਕਿਆ ਹਜ਼ੂਰ ਨੇ ਕਈ ਦਫ਼ਾ ਦੇ ਗੁਰੂ ਨਾਨਕ ਸਾਹਿਬ ਇੱਧਰ ਆ ਦੇਖੋ ਕੀ ਸਰੂਪ, ਸ਼ਾਂਤ ਨੇਤਰ ਕਿੱਥੇ? ਦਸਵਾਂ ਸਰੂਪ, ਅੱਛਾ ਤੁਹਾਨੂੰ ਅਸੀਂ ਤਾਂ ਛੱਡ ਤਾ ਆਨੰਦਪੁਰੀ ਸਭ ਕੁਛ ਆਏ ਸੀ, ਸਰਸੇ ਵਿੱਚ ਵੀ ਹੜਾਤੀ ਵੀ ਸਾਡੇ ਗੁਰਸਿੱਖ ਸੌ ਸਾਖੀ ਚ ਹੈ, ਮੈਂ ਜਿੰਨੇ ਅਰਬਾਂ ਖਰਬਾਂ ਆ ਖਜ਼ਾਨੇ 52 ਮਨ ਦੇ ਗ੍ਰੰਥ ਬੜੇ ਵਿਦਵਾਨ, ਇਹ ਮਾਇਆ ਮੇਰੇ ਸਿੱਖਾਂ ਨੂੰ ਜਾਊਗੀ ਸਤਲੁਜ ਰਾਹੀਂ। ਆ ਵਰਤਦੀ ਆ ਮਾਲ ਵਿੱਚ, ਆ ਮਾਲ ਵਿੱਚ ਵਰਤ ਰਹੀ ਹੈ, ਮਾਲੋ ਮਾਲ ਮਾਲਵਾ, ਅੱਜ ਗੁਰੂ ਕਾ ਮਾਲਵਾ, ਇਹ ਜਾਊਗੀ ਮੇਰੇ ਗੁਰਸਿੱਖਾਂ ਨੂੰ। ਅੱਛਾ ਸੀ ਸਰਸੇ ਚ ਹੜਾਤੀ ਸੀ, ਕੁਛ ਰੱਖਿਆ ਨਹੀਂ, ਐਨਾ ਕਹਿਣ ਗੁਰੂ ਗੋਬਿੰਦ ਸਿੰਘ ਮਾਇਆ ਚੁੱਕ ਕੇ ਨਾਲ ਤੁਰਿਆ ਫਿਰਦਾ। ਤੁਹਾਨੂੰ ਲੋੜ ਹੈ ਕਿੱਥੇ ਸ਼ਾਂਤੀ, ਕਿੱਥੇ ਐ ਕਿਹਾ, ਕਿਹਨੂੰ ਕਹਿ ਦਿੱਤਾ? ਕੁਬੇਰ, ਕੁਬੇਰ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਚੀ ਆ, ਜਿਵੇਂ ਆਪਾਂ ਖਜ਼ਾਨਚੀ ਬਣਾਉਂਦੇ ਹਾਂ ਸੰਸਥਾਵਾਂ ਵਿੱਚ ਬਣਾਉਂਦੇ ਹਾਂ, ਗੁਰੂ ਘਰਾਂ ਵਿੱਚ ਬਣਾਉਂਦੇ ਹਾਂ, ਕਿ ਖਜ਼ਾਨਚੀ ਤੋਂ ਕਢਾ ਲਓ ਮਾਇਆ। ਰਾਜੇ ਮਹਾਰਾਜਿਆਂ ਦੇ ਖਜ਼ਾਨਚੀ ਸਵਾਮੀ ਰਾਜ ਪੰਡਿਤ ਜੀ ਨੇ, ਸਭ ਕੁਛ ਇਹਨਾਂ ਕੋਲ ਹੈ, ਇਹ ਸਾਰਾ ਫਲਸਫਾ। ਤੁਸੀਂ ਰਾਜਧਾਨੀਆਂ ਦੇ ਬੜੇ ਬੜੇ ਰਾਜੇ ਮਹਾਰਾਜੇ ਰਾਈਸ ਲੋਕ ਵੀ ਸੱਜਣ ਇੱਥੇ ਬੈਠੇ ਨੇ, ਖਜ਼ਾਨਚੀ ਇਹ ਹੀ ਪਤਾ ਲੱਗਿਆ, ਛਣ ਖੱਚਰਾਂ ਆ ਗਈਆਂ, ਖਿੱਚੋਂ ਆਈਆਂ। ਕੱਲ ਮੈਂ ਇੱਕ ਅਸਵਾਰੀ ਦਾ ਜ਼ਿਕਰ ਵੀ ਕੀਤਾ, ਕੰਗਣ ਵਾਲ ਵੀ ਚੱਲਿਆ, ਕਿ ਉਹ ਜਿਵੇਂ ਨੀਲਾ ਨਹੀਂ, ਇੱਥੇ ਦੇਖਦੇ ਅਸੀਂ ਆਮ ਘੋੜੇ ਗਿਣਦੇ ਹਾਂ, ਉਹ ਕਵੈਤ ਤੇਰਾ ਨੀਲਾ ਮਹਾ ਆਕਾਸ਼ਾਂ ਨੂੰ ਚੀਰਦਾ ਲੰਘ ਗਿਆ, ਹੈ ਕਿਸੇ ਸਤਾ ਨਿਹਾ ਮਹਾ ਆਕਾਸ਼ਾਂ ਨੂੰ ਚੀਰਦਾ, ਚਰਨ ਪਕੜੇ ਹੋਏ ਹੋਣ ਰਾਜਪੂਤ ਰਾਣਿਆਂ ਦੇ, ਤੇਰਾ ਨੀਲਾ ਫਿਰ ਵੀ ਪਤਾ ਨਹੀਂ। ਇਹ ਤਾਂ ਸਾਰੇ, ਮੈਂ ਤਾਂ ਕੋਈ ਗੁਰੂ ਪੰਥ ਨੂੰ ਚਰਨ ਪਕੜਾ ਕੇ
ਐਂ ਉੱਡਿਆ ਹੀ ਜਾ ਰਿਹਾ, ਉੱਡਿਆ ਹੀ ਜਾ ਰਿਹਾ, ਉੱਡਿਆ ਹੀ ਜਾ ਰਿਹਾ। ਅੱਜ ਚਾਬੀ ਇਹ ਪਤਾ ਨਹੀਂ ਕਿੱਧਰੋਂ ਲਾਤੀ ਸੰਤ ਚੰਦ ਸਿੰਘ ਨੇ, ਹੋਰ ਹੀ ਚਾਬੀ ਲਾਤੀ, ਜਿੰਦਾ ਵੀ ਹੋਰ ਖੁੱਲ ਗਿਆ, ਸਮਝ ਨਹੀਂ ਆ ਰਹੀ ਕੁਛ। ਐਦੀ ਰਿੱਧੀ ਸ਼ਣ ਸ਼ਣ ਹੁੰਦੀ ਹੈ, ਢੇਰੀਆਂ ਲਾਤੀਆਂ ਮਹਾਰਾਜ ਨਾਲ ਇੱਕ ਦਾਸ ਵੀ ਹੈ। ਆ ਮੋਹਰਾਂ ਪਈਆਂ ਨੇ ਖਜ਼ਾਨਿਆਂ ਦੇ ਖਜ਼ਾਨੇ, ਉਹ ਲੁੱਟ ਲਓ ਖਜ਼ਾਨੇ, ਜਿਹਨੇ ਇੱਕ ਦੀ ਮੋਹਰ, ਚਾਰ ਲਓ ਚਾਰ ਵਾਲੇ, ਸੋਲਾਂ ਲਓ ਸੋਲਾਂ ਵਾਲੇ, 64 ਲਓ ਭਰ ਭਰ ਕੇ ਢਾਲਾਂ ਨਾਲ, ਜਿਸ ਤਰ੍ਹਾਂ ਹਜ਼ੂਰ ਸਾਹਿਬ ਵਰਤਾਈ। ਅੱਜ ਗੁਰੂ ਦਸ਼ਮੇਸ਼ ਜੀ ਵਰਾੜਾਂ ਵਾਸਤੇ, ਇਹ ਕੌਣ ਖਜ਼ਾਨਚੀ ਹੱਥ ਜੋੜਦਾ, ਕੁਬੇਰ ਭੰਡਾਰੀ, ਸੱਚੇ ਪਾਤਸ਼ਾਹ ਤੁਹਾਡਾ ਬਹੁਤ ਖਜ਼ਾਨਾ ਜਮ੍ਹਾਂ ਹੋਰ ਪਿਆ, ਜੇ ਹੋਰ ਲੋੜ ਹੈ ਤਾਂ ਹੋਰ ਲਿਆ ਕੇ ਖੱਚਰਾ ਭਰ ਕੇ ਇੱਥੇ ਮੈਂ ਗੰਜ ਲਵਾ ਦਿਆਂ ਢੇਰ। ਉਹ ਪਾਤਸ਼ਾਹ ਰਿੱਧੀਆਂ ਨਿਧੀਆਂ ਸਿੱਧੀਆਂ ਦਾ ਮਾਲਕ, ਮੁਕਤੀਆਂ ਭੁਗਤੀਆਂ ਜੁਗਤੀਆਂ ਦਾ ਮਾਲਕ, ਜਿੱਥੇ ਸੰਸਾਰ ਹੀ ਜਿਨ੍ਹਾਂ ਦੇ ਵੱਸ ਵਿੱਚ ਹੋਵੇ, ਅੱਜ ਉਹ ਪਾਤਸ਼ਾਹ ਦਾ ਇੱਧਰ ਆ ਖੇਡ ਵਰਤਾਇਆ ਵਿਆ, ਖਜ਼ਾਨੇ ਦੌਲਤਾਂ ਜੀਵਨ ਮੁਕਤ, ਮੈਂ ਬੋਲਦਾ ਸੀ ਜਿਉਂਦੇ ਹੀ ਮੁਕਤ ਤੇ ਵਿਦੇ ਮੋਕਸ਼। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਿਨਾਂ ਸੀਸ ਤੋਂ, ਬਾਬਾ ਦੀਪ ਸਿੰਘ, ਇਹ 48 ਸਿੰਘਾਂ ਚੋਂ ਸੰਪਰਦਾਇ ਗੁਰ ਰਾਜ ਰਿਸ਼ ਰਾਜ ਰਿਸ਼ੀ ਨਹੀਂ ਬ੍ਰਹਮ ਰਿਸ਼ੀ ਕਹਿੰਦੇ ਆ, ਜੇ ਸ਼ਾਸਤਰ ਨਾ ਧਾਰੇ ਹੋਣ ਤਾਂ ਬ੍ਰਹਮ ਰਿਸ਼ੀ, ਜੇ ਸੰਤ ਮਹਾਰਾਜ ਦੇ ਸ਼ਾਸਤਰ ਨਹੀਂ ਧਾਰਨ, ਬ੍ਰਹਮ ਰਿਸ਼ੀ ਰੂਪ, ਪਰਮੇਸ਼ਰ ਰੂਪ ਆਪ, ਸ਼ਾਸਤਰ ਧਾਰੀ ਆ ਸਿੰਘ, ਉਹਨੂੰ ਰਾਜ ਰਿਸ਼ੀ ਕਿਹਾ ਗੁਰੂ ਗੋਬਿੰਦ ਸਿੰਘ, ਹਰਗੋਬਿੰਦ ਸਾਹਿਬ, ਭਗਵਾਨ ਕ੍ਰਿਸ਼ਨ ਚੰਦਰ, ਭਗਵਾਨ ਰਾਮ ਜੀ, ਸ਼ਾਸਤਰ ਧਾਰੀ ਹੈ, ਧਾਰਨ ਕੀਤੇ ਨੇ। ਤੋ ਸੰਪਰਦਾਇ ਗੁਰ ਰਾਜ ਰਿਸ਼ ਚਲਾਤੀ ਨਾ, ਸੁਨ 48 ਗੁਰ ਸਿੱਖ, 48 ਸਿੰਘਾਂ ਨੇ ਕੀ ਜਾਣਿਆ, ਭੋਗ ਪੈ ਗਿਆ 18-10-20 ਆਨੰਦ ਸਾਹਿਬ, ਕਹਿਤੇ ਸੁਣਤੇ ਨਹੀਂ, ਬਸ ਐਂ ਦ੍ਰਿਸ਼ਟੀ ਕੀਤੀ। ਜਾਂ ਤਾਂ ਅੰਮ੍ਰਿਤ ਛਕਾਉਣ ਵੇਲੇ 5 ਤੇ 6ਵੇਂ ਦਸ਼ਮੇਸ਼, ਅੱਜ 48 ਚ 49ਵੇਂ ਗੁਰੂ ਗੋਬਿੰਦ ਸਿੰਘ ਤੇ ਸਾਰੇ ਆਪ ਦਾ ਸਰੂਪ ਬਣਾ ਲਏ, ਸਮ ਬਰਾਬਰ, ਪਰ ਦਾਏ ਦਾਨ ਦਿੱਤਾ, ਪਰਾਏ ਪਰਾਏ ਪਰ ਪਵਿੱਤਰ, ਪਰ ਦੂਸਰਿਆਂ ਨੂੰ ਆਪਣਾ ਸਰੂਪ ਬਣਾ ਲਿਆ, ਬਰਾਬਰ ਪ੍ਰਿੰਗੀ ਦਾ ਰੂਪ ਬਣਾ ਲਿਆ। ਖਾਲਸਾ ਮੇਰੋ ਰੂਪ ਹੈ, ਖਾਸ ਮੋਹਰ ਐਂ ਲਾ ਦਿੱਤੀ ਹੈ। ਮਿੱਥਿਆ ਜਾਣੋ ਜਗਤ ਹੈ, ਬ੍ਰਹਿਮ ਸੱਤ ਹੈ ਇੱਕ, ਇੱਥੇ ਵਿਵੇਕ ਆ ਗਿਆ, ਵਿਵੇਕ ਬਿਵ ਏਕ, ਜਿਸਦੇ ਅੱਧ ਆਦਿ ਬਹੁਤ ਦਫ਼ਾ ਸੁਣੇ ਨੇ, ਬ੍ਰਹਿਮ ਨਾਲ ਏਕ। ਹੁਣ ਭਾਈ ਸਿੰਘ ਤਿੰਨ ਮੈਂ 46 ਤੁਰ ਚਲੇ, ਤੁਰ ਤਾਂ 48 ਪਏ ਸੀ, ਤਿੰਨ ਮੈਂ 46 ਤੁਰ ਚਲੇ, ਵਿਦਾ ਦਈ ਦਸ਼ਮੇਸ਼, ਦੋ ਵਿਵੇਕੀ ਰੱਖ ਲਈਏ, ਗੁਰਬਰਮਾ ਵਿਸ਼ਨ ਤੇ ਮਹੇਸ਼, ਤਿੰਨੋ ਸਿੰਘੋ ਤੁਹਾਡੇ ਵਾਸਤੇ ਅਸੀਂ ਅਨਭਵ ਪ੍ਰਕਾਸ਼ ਅਕਾਲ ਪੁਰਖ ਨਾਲ ਇੱਕ ਸੁਰ ਹੋ ਕੇ, ਧੀਰ ਮਲ ਨੇ ਤਰਕ ਮਾਰੀ ਸੀ, ਅਸੀਂ ਇਹ ਗੁਰੂ ਗ੍ਰੰਥ ਸਾਹਿਬ ਨਾਲੇ ਬਾਣੀ ਸੁਣਾਈ, ਉਹਦਾ ਇੱਕ ਇੱਕ ਅਰਥ ਕੀਤਾ ਗਿਆ, ਜਿਹਨੂੰ ਸੰਪਰਦਾਈ ਅਰਥ ਕਹਿੰਦੇ ਆ, ਟਕਸਾਲੀ ਅਰਥ, ਗੁਰੂ ਕਾਂਸ਼ੀ ਦਮਦਮਾ ਸਾਹਿਬ ਹੋਏ, ਦੋ ਰੱਖ ਲਏ, 46 ਤੁਰ ਚਲੇ।
ਤੁਸੀਂ ਕਿੱਥੇ ਜਾਓਗੇ ਸਿੰਘੋ? ਜੇ 48 ਦੇ 48 ਕਲਾਸਾਂ ਲਗਾਉਂਦੇ ਸਾਰਾ ਜਗਤ ਹੀ ਗੁਰਬਾਣੀ ਸਹਿਤ ਵਿਵੇਕੀ ਬਣ ਜਾਂਦਾ, ਜੀਵਨ ਮੁਕਤ ਹੋ ਜਾਂਦਾ ਸਾਰਾ ਜਗਤ। ਮੈਂ ਜਗਤ ਤੇ ਬੋਲ ਰਿਹਾ ਮਹਾਰਾਜ ਵੱਲੋਂ। ਅੱਛਾ ਦੋ ਕੋਈ ਗੱਲ ਨਹੀਂ, ਹੁਣ ਦੋ ਹੀ ਸੰਪਰਦਾ ਚਲੋ, ਪਰ 46 ਸਿੰਘ ਕਿੱਧਰ ਨੂੰ ਗਏ ਭਾਈ? ਮੈਂ ਇੱਥੇ ਬੋਲਦਾ ਹੁਣ ਭਾਈ ਸਿੰਘੋ, ਗੁਣ ਵਿਵੇਕ ਬਸ, ਸਾਨੂੰ ਦੇਹੀ ਦਾ ਕੋਈ ਪਤਾ ਨਹੀਂ। ਅਸੀਂ ਹੁਣ ਤੁਹਾਡੇ ਤਪ ਸਥਾਨ ਤੇ ਜਾਵਾਂਗੇ, ਪਹਿਲਾਂ ਸੱਚਖੰਡ ਦੀ ਗੱਲ ਯਾਤਰਾ, ਨਮਸਕਾਰ ਕਰ ਹੇਮਕੁੰਟ ਸਾਹਿਬ ਪਹੁੰਚ ਜਾਵਾਂਗੇ। ਉੱਥੇ ਕੋਈ ਸਿੰਘ ਹਿਸਟੋਰੀਅਨ, ਮੈਂ ਉੱਚਾ ਨਹੀਂ ਬੋਲਣਾ ਚਾਹੁੰਦਾ, ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ 46 ਗੁਰਸਿੰਘਾਂ ਦੇ, ਬਾਬਾ ਦੀਪ ਸਿੰਘ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਇਤਿਹਾਸ ਸਾਡੇ ਸਾਹਮਣੇ ਹੈ। ਹਥੇਲੀ ਤੇ ਸੀ, ਉਹ ਸੀ ਪਰਕਰਮਾ ਵਿੱਚ ਗਿਆ, ਇੱਧਰ ਬੰਦ ਬੰਦ ਕਟਵਾਇਆ ਗਿਆ। 46 ਸਿੰਘਾਂ ਦਾ ਅੰਤਮ ਸਮਾਂ ਕਿੱਥੇ ਹੋਇਆ? ਨਹੀਂ ਹੋਇਆ, ਉਹ ਅਜੇ ਵੀ ਅਮਰ ਹਨ, ਅਮਰ ਹਨ। ਚਲੋ ਹੇਮਕੁੰਟ ਉੱਧਰ ਹਜ਼ੂਰ ਸਾਹਿਬ ਦੋ ਥਾਂ ਪੈਰੇ ਲੱਗ ਗਏ ਜਦੋਂ ਅਸੀਂ। ਅੱਛਾ ਸਿੰਘੋ ਯਾਦ ਰੱਖਿਓ ਹੁਣ ਮਹਾਰਾਜ ਦੇ ਵਚਨ, ਜਿਸ ਵਕਤ ਅਸੀਂ 24ਵੇਂ ਅਵਤਾਰ ਵਿੱਚ ਕਲਕੀ ਹਰਜੂ ਨੇ ਕਲੰਕ ਔਰ ਹਰਿਮੰਦਰ ਸਾਹਿਬ ਜਾਣੇ, ਉਦੋਂ ਤੁਸੀਂ 46 ਸਿੰਘਾਂ ਨੇ ਤੁਹਾਡੇ ਨਾਲ ਇੱਕ ਇੱਕ ਦੇ ਨਾਲ ਸਵਾ ਸਵਾ ਲੱਖ ਸ਼ਹੀਦ ਹੋਣਗੇ ਨਾਲ। ਮੈਂ ਇੱਕ ਸਿੱਧ ਕਰਦਾ ਕਿ ਠੀਕ ਹੈ, ਅਜ਼ਰਾਈਲ, ਮਿਕਾਇਲ, ਇਸਰਾਇਲ ਤੇ ਜ਼ਬਰਾਈਲ ਜਦੋਂ ਸੱਜਣ ਉਹ ਬੋਲਦੇ ਨਹੀਂ ਪੜ੍ਹੇ ਕਿ ਜਿਸ ਵਕਤ ਇਸਰਾਇਲ ਨੇ ਆਪਣਾ ਸੰਖ ਵਜਾਉਣਾ, ਪਰਲੋਂ ਆ ਜਾਣੀ ਹੈ, ਮੈਂ ਚਾਰ ਪਰਲੋਂ ਤੇ ਉੱਥੇ ਬੋਲਿਆ ਕੰਗਣ ਵਾਲ, ਪਹਿਲਾਂ ਕਿਹੜਾ ਨਹੀਂ ਬੋਲਦੇ। ਮੈਂ ਕਿਹਾ ਠੀਕ ਆ, ਤੁਹਾਡੇ ਮਤ ਨਾਲ ਸਾਡਾ ਗੁਰਮਤ ਦਾ ਜਿਹੜਾ ਵਿਚਾਰ ਹੈ ਇਹ ਸਭ ਸਾਂਝੀ ਹੁੰਦੀ ਹੈ ਕਿ ਤੀਸਰੇ ਦਿਨ ਕਬਰ ਚੋਂ ਤੇ 8ਵੇਂ ਦਿਨ ਈਸਾ ਮਸੀਹ ਨੂੰ ਉਠਾਇਆ ਗਿਆ, ਨਿਕਾਲ ਕੇ ਲੈ ਗਏ ਫਰਿਸ਼ਤੇ। ਜਦੋਂ ਇਸਰਾਇਲ ਨੇ ਸੰਖ ਵਜਾਉਣਾ, ਸਾਰੇ ਮੁਰਦੇ ਨੇ ਜਿਤਨੇ ਸਭ ਕਬਰਾਂ ਵਿੱਚੋਂ ਉੱਠ ਕੇ ਬੈਠ ਜਾਣਗੇ, ਠੀਕ ਹੈ। ਲਓ ਇੱਧਰ ਮੈਂ ਬੋਲਦਾ, ਨੇ ਕਲੰਕ ਵੱਜੇ ਡੰਕ, ਜਦੋਂ ਨਗਾਰਾ ਵੱਜਣਾ ਨਾ ਉਦੋਂ ਜਿੰਨੇ ਸਿੰਘ ਸ਼ਹੀਦ ਹੋਏ ਨੇ ਇਹ ਸਾਰੇ ਅਮਰ ਹੋ ਕੇ ਐ ਤੁਰ ਪੈਣਗੇ, ਬਸ ਲੱਖਾਂ। ਜੋ ਸੱਤ ਹੈ ਤਾਂ ਗੁਰੂ ਗੋਬਿੰਦ ਸਿੰਘ ਦਾ ਵਚਨ ਵੀ ਸੱਤ ਹੈ। ਉਦੋਂ ਇਹਨਾਂ ਨਗਾਰਿਆਂ ਨੇ ਆਪੇ ਹੀ ਵੱਜਣੇ ਸ਼ੁਰੂ ਹੋ ਜਾਣਾ, ਇਹ ਲੁਕੇ ਨਹੀਂ ਰਹਿਣੇ, ਸਾਨੂੰ ਲੋੜ ਹੀ ਨਹੀਂ ਅਜੇ ਕਹੀਆਂ ਚੁੱਕਣ ਦੀ, ਮੈਂ ਵੀ ਸਿੱਧਾ ਹੀ ਚੱਲਣਾ ਜੇ। ਉਹ ਜੋਤ ਆਊਗੀ, ਕਿਹੜਾ ਦਲ, ਐਸਾ ਦਲ ਹੋਏਗਾ, 24 ਅਵਤਾਰਾਂ ਦੀ ਕਥਾ ਹੈ ਜ਼ਰੂਰ, ਦਸਮ ਗ੍ਰੰਥ ਆ ਸ੍ਰੀਮਦ ਭਾਗਵਤ ਪੁਰਾਣ ਕਿ ਜੀ 24 ਅਵਤਾਰ ਆਏ, ਦੋਨਾਂ ਨੂੰ ਸੱਤ ਕਰ ਲਓ, 100 ਸਾਖੀ
ਦਸਮ ਪਾਤਸ਼ਾਹ ਭਵਿਖਤ ਪੇਸ਼ੀਨ ਗੋਈ, ਉਸ ਵਿੱਚ ਵੀ ਇਹੀ ਵਸਤੂ ਹੈ। ਜਦੋਂ ਦਸ਼ਮੇਸ਼ ਜੀ ਨੇ ਆਉਣਾ, ਕਿਹੜਾ ਦਲ ਰਾਵਿੰਦ, ਆ ਸੂਰਜ ਵਰਗਾ ਤੇਜ ਪ੍ਰਤਾਪ, ਇੰਦ ਚੰਦਰਮਾ ਵਰਗੇ ਠੰਡੇ ਵੀ ਬੜੇ ਹੋਣਗੇ ਬਾਬਾ ਦਾਨ ਸਿੰਘ ਨੇ। ਕੋਈ ਨੀ ਕੋਈ ਨੀ ਕੋਈ ਨੀ, ਇਹਦੇ ਨਿਮਰਤਾ ਤੇ ਇੱਧਰ ਸ਼ਾਸਤਰ ਵਾਲੇ ਮਿੰਟਾਂ ਚ ਹੀ ਤਿਆਰ ਬਰ ਤਿਆਰ ਵੀ ਉਹ ਦੇਖ ਜਿੱਥੋਂ ਦੀ ਇਹ ਲੰਘ ਗਈ ਸਾਰਿਆਂ ਦੇ ਸੱਥਰ ਵਿਛਾਦੂ, ਉਹ ਵੀ ਨਾਲ ਹੋਣਗੇ ਸੱਥਰ ਵਿਛਾਉਣ ਵਾਲੇ ਵੀ ਤੇ ਸ਼ਾਂਤੀ ਵਾਲੇ ਵੀ। ਉਹ ਦਲ ਰਾਵਿੰਦ ਉਦੋਂ ਆਪੇ ਹੀ ਨਗਾਰੇ, ਜਿਵੇਂ ਨਾਭਾ ਸਾਹਿਬ ਬੋਲੇ ਇੱਥੇ ਦੀ ਵੀ ਫਿਰ ਚੁੱਪ ਹੋ ਜਾਈਦਾ। ਸੰਤ ਹਰਚੰਦ ਸਿੰਘ ਵੀ ਬੜਬੜ ਬੜਬੜ ਕਹੀ ਜਾਂਦੇ ਆ, ਇਹਨਾਂ ਨੂੰ ਵੀ ਉਠਾਲ ਲਓ, ਫਿਰ ਸੋਚਿਆ ਉਠਾਉਣ ਵਾਲਾ ਆਪੇ ਹੀ ਉਠਾ ਲੂਗਾ, ਜਗਾ ਲੂਗਾ। ਉਹ ਸਮਾਂ ਆਉਣਾ ਉਦੋਂ ਫਿਰ ਇੱਕ ਇੱਕ ਸਿੰਘ ਨਾਲ, ਜਿਵੇਂ 46 ਅਜੇ ਬੋਲਿਆ ਮੈਂ, ਕਿੰਨੇ ਕਿੰਨੇ ਚਿੱਤਰ ਗੁਪਤ ਸਿੰਘ ਸ਼ੀਰ, ਇੱਕ ਇੱਕ ਸਿੰਘ ਨਾਲ ਸਵਾ ਸਵਾ ਲੱਖ, ਉਹਨਾਂ ਦੇ ਮੂਹਰੇ ਕੋਈ ਅਟਕੂਗਾ ਫਿਰ? ਕਿੱਥੋਂ ਦੀ ਦਲ ਨੇ ਜਾਣਾ? ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹਰੇ ਕੋਈ ਖੜਿਆ ਸੀ? ਕਿੱਥੇ ਤੱਕ ਗਏ? ਗੁਰਦਾਸ ਨੰਗਲਗੜੀ ਤੱਕ, ਜਮਰੌਤ, ਜਿਵੇਂ ਹਰੀ ਸਿੰਘ ਨਲੂਏ ਦਾ ਆਉਂਦਾ। ਉਹ ਸ਼ਕਤੀਆਂ ਸਦਾ, ਅੱਜ ਮੈਂ ਕੁਝ ਹੋਰ ਪਾਸੇ ਚੱਲਣਾ ਤਾਂ ਨਾਮ 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 ਹੀ ਹੈ, ਹੋਰ ਕੀ ਹੈ? ਇਹ ਵੀ ਨਾਮ ਹੀ ਹੈ, ਪਰ ਹੋਣਾ ਨੀ ਛੁਟਕਾਰਾ ਨਾਮ ਦੇ ਜਪੇ ਬਿਨਾਂ। ਭਾਈ ਆਹ ਸਮਾਂ ਆਊਗਾ ਆਊਗਾ, ਇਹਦੇ 'ਚ ਕੋਈ ਗੱਲ ਨਹੀਂ। ਮੈਂ ਹਕੀਕਤ ਕੋਈ ਆਪਦੇ ਵੱਲੋਂ ਨਹੀਂ ਵੀ ਧੜਾ ਕਾਇਮ ਕਰਨ ਵਾਸਤੇ ਸਰਕਾਰ ਦੇ ਉਲਟ ਬੋਲ ਰਿਹਾ, ਨਹੀਂ। ਇਹ ਤਾਂ ਰੱਬ ਅਕਾਲ ਪੁਰਖ ਵਾਹਿਗੁਰੂ ਰੱਬੀ ਕੌਂਸਲ ਵੱਲੋਂ ਜੋ ਲਿਖ ਗਏ ਗੁਰੂ ਗੋਬਿੰਦ ਸਿੰਘ ਭਗਵਾਨ ਜੀ ਕਹਿ ਗਏ, ਇਹ ਸਮੇਂ ਆਉਂਦੇ ਰਹਿੰਦੇ ਨੇ, ਇੱਕੋ ਜਿਹੇ ਸਮੇਂ ਸਦਾ ਨਹੀਂ ਹੁੰਦੇ ਹੁੰਦੇ। ਉਹਨਾਂ ਅਮੋਲ ਵਸਤੂਆਂ ਦਾ ਜਿੱਥੇ ਉਹ ਵੀ ਉਡੀਕਦੀਆਂ ਨੇ ਵਸਤੂਆਂ, ਉਹਨਾਂ ਨੇ ਆਪੇ ਹੀ ਵੱਜਣੇ। ਆਪ ਸੁਣਿਆ ਨਾ ਇੱਕ ਇਤਿਹਾਸ, ਬਾਬਾ ਰਾਮਦੇਵਾ ਜੀ ਤੋਂ, ਸੋਹਣੇ ਤੋਂ ਰਾਮਦੇਵਾ, ਰਾਮਦੇਵਾ ਤੋਂ ਅੱਗੇ ਮੀਹਾਂ, ਮੀਹਾਂ ਤੋਂ ਸਾਹਿਬ, ਤਮਤਾਨ ਸਾਹਿਬ ਤੋਂ ਤੋਰੇ ਗੁਰੂ ਤੇਗ ਬਹਾਦਰ ਸਾਹਿਬ ਜੀ। ਕਹਿੰਦੇ ਲੈ ਸਿੰਘਾ, ਆਹ ਘੋੜਾ ਤੇਰਾ ਔਰ ਦੱਖਣੀ ਬਲਦ, ਇਹਦੇ 'ਤੇ ਝੰਡਾ ਲਗਾ ਦਿੱਤਾ, ਇੱਕ ਨਿਸ਼ਾਨ ਲੋਹ ਲਾ ਦਿੱਤੀ, 5 ਸਿੰਘ ਹੋਰ ਲੈ ਲੈ ਜਿਹੜੇ ਲੈਣੇ ਨੇ, ਖਜ਼ਾਨਾ ਵੀ ਦੇ ਦਿੱਤਾ। ਤਵੀ ਜਿਹਨੂੰ ਲੋਹ ਕਹਿੰਦੇ ਆ, ਲੋਹ ਲੰਗਰ ਤਪੇ ਜਿੱਥੇ ਰਹੇ ਰਸਦਾਂ, ਆ ਨਗਾਰਾ ਵਜਾ ਦੀ। ਕਹਿੰਦੇ ਮਾਰਾ ਆਉਂਦਾ ਕੁਛ ਨਹੀਂ, ਮੇਰੀ ਜਾਓ, ਮੇਰੀ ਗੱਲ ਕੌਣ ਸੁਣੋ? ਇਹੀ ਰਾਮਦੇਵਾ ਜੀ ਤਮਤਾਨ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕਰਦੇ। ਗੁਰੂ ਸਾਹਿਬ ਫਰਮਾਉਂਦੇ ਨੇ, ਮੀਹਾਂ ਹੁਣ ਤੈਨੂੰ ਮੀਹਾਂ ਕਹਿ ਦਿੱਤਾ, ਦਸ਼ਮੇਸ਼ ਜੀਆਂ ਨੇ ਅੱਗੇ ਮੀਹਾਂ ਸਾਹਿਬ, ਉਹ ਮੀਆਂ ਸਾਹਿਬ ਦੀ ਪਟਿਆਲੇ ਗੱਦੀ, ਉਹਦੇ ਵਿੱਚੋਂ ਵੀ ਰੋੜਿਆਲ ਸਾਹਿਬ ਗੱਦੀ ਆਈ ਹੋਈ ਹੈ, ਜਿਹੜਾ ਅੱਧਾ ਅੱਧਾ ਦਸਤਾਰਾ, ਬਾਕੀ ਲੱਥ ਪਲੱਥ ਅੱਧਾ ਹੀ ਬੰਨਦੇ ਨੇ, ਅੱਧਾ ਲੱਥ ਪਲੱਥ ਇੱਧਰ ਉੱਧਰ ਬਲੇਟ ਬਲਗੁੱਟ ਕੇ ਸਾਰ ਲੈਂਦੇ ਨੇ ਉਹ ਗੱਦੀ ਦੇ, ਜਿਹੜੇ ਅੱਜ ਕੱਲ੍ਹ ਚੱਲ ਰਿਹਾ ਕੰਮ। ਮੈਂ ਨਹੀਂ ਕਹਿ ਰਿਹਾ, ਮੈਨੂੰ ਤਾਂ ਪਤਾ ਪੁਤਾ ਕੁਛ ਨਹੀਂ, ਪਤਾ ਨਹੀਂ ਕੌਣ ਬੁਲਾਈ ਜਾਂਦਾ। ਰਾਮਦੇਵਾ ਬਾਬਾ ਮੀਹਾਂ ਜੀ ਦਿੱਲੀ ਚਲੇ ਗਏ ਤਮਤਾਨ ਸਾਹਿਬ ਤੋਂ, ਲੋਹ ਲੰਗਰ ਤੋਂ ਪਾਉਂਦੇ ਉੱਥੇ ਟੋਡਰ ਮੱਲ ਜੀ ਨੇ ਮੋਹਰਾਂ ਵਿਛਾਈਆਂ, ਉਹ ਬਜ਼ੁਰਗ ਵੀ ਦੀਵਾਨ ਥੇ। ਸਿੱਖਾ ਠਹਿਰ ਜਾ ਬਾਬਾ ਜੀ, ਠਹਿਰ ਜਾ,
ਨਗਾਰੇ ਬੰਦ ਕਰ ਦੇ, ਔਰੰਗਜ਼ੇਬ ਦਾ ਰਾਜ ਹੈ, ਤੇਰੇ ਵਰਗੇ ਅਨੇਕਾਂ ਫਕੀਰ ਕਤਲ ਕੀਤੇ ਗਏ, ਮੌਤ ਦੇ ਘਾਟ ਉਤਾਰੇ ਗਏ, ਇਹ ਸਮਝਣਗੇ ਕੋਈ ਗਲੀਮ ਚੜਿਆ ਆਉਂਦਾ, ਨਗਾਰੇ ਬੰਦ ਕਰ ਦੇ, ਉਤਰ ਖੜੇ, ਕਹਿੰਦੇ ਲੋ ਕਰ ਦਿੰਦੇ ਆ। ਫਿਰ ਕੀ ਹੋਇਆ, ਨਗਾਰੇ ਆਪੇ ਹੀ ਵੱਜਣੇ ਸ਼ੁਰੂ ਹੋ ਗਏ, ਬਸ ਆਪੇ ਹੀ ਸਮਝ ਲਿਓ। ਇਹ ਜਦੋਂ ਫੌਜਾਂ ਨੇ ਆਉਣਾ, ਇਹ ਤਾਂ ਆਪੇ ਹੀ। ਲਓ ਭਾਈ, ਹੁਣ ਮੈਂ ਇੱਥੇ ਹੀ ਅੱਜ ਦਾ ਦੀਵਾਨ ਕਹਿੰਦਾ, ਅੱਜ ਤਾਂ ਹੋਰ ਹੀ ਕਲਿਆਣ ਹੀ ਕਲਿਆਣ ਆ ਰਹੀ ਆ, ਉੱਤੋਂ ਮੁਕਤੀਆਂ ਹੀ ਮੁਕਤੀਆਂ, ਭੁਗਤੀਆਂ ਹੀ ਭੁਗਤੀਆਂ, ਜੁਗਤੀਆਂ। ਅੱਜ ਐਸੇ ਕੁਝ ਜੋ ਬਚਨ ਮੇਰੇ ਤੋਂ ਖੁੱਲੇ, ਇਹਨੂੰ ਚੋਣਵੇਂ ਫੁੱਲ ਕਹੀ ਜਾਂਦੇ, ਅੱਜ ਚੋਣਵੇਂ ਫੁੱਲ। ਜਿੱਧਰ ਕਹਿਤਾ ਲੈ ਮਰਦਾਨਿਆਂ ਰਬਾਬ ਛੇੜ ਲੈ, ਆ ਜੋ ਰਬਾਬ ਚੋਂ ਆਵਾਜ਼ ਆਈ ਉਹ ਤੁਹਾਡੇ ਤੱਕ ਪਹੁੰਚਾਈ। ਹੁਣ ਟਾਈਮ ਭਾਈ ਬਹੁਤ ਹੋ ਚੁੱਕੇ ਹੈ, ਅੱਜ ਦੇ ਸ਼ਬਦ ਆਨੰਦ ਵਰਤਾਏ ਗੁਰੂ ਸਾਹਿਬ ਜੀ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਇੱਥੇ ਵਿਸਰਾਮ ਕਰਦੇ ਹੋਏ ਗੁਰੂ ਸਤੋਤਰ ਵਿੱਚ ਹਿੱਸਾ ਲਓ, ਔਰ ਰਹਿੰਦੇ ਸਮੇਂ ਤੋਂ ਲਾਭ ਉਠਾਓ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ
ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਦੱਸਦੇ ਧਨ ਹੈ ਤੇਜ ਬਹਾਦੁਰ ਸਾਹਿਬ ਧਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ
ਖਾਤਰ ਤੁਮ ਦਾਸ ਸਦਾ ਗੁਰਬਾਨ ਤੁਦ ਆਗੇ ਅਰਦਾਸ ਜਿਉ ਪਿੰਡ ਸਭ ਤੇਰਾ ਕਾਨਕ ਸਭ ਤੇਰੀ ਵਡਿਆ ਨਾਮ ਜਾਣੇ ਡੇਰਾ ਵਾਹਿਗੁਰੂ ਸਾਹਿਬ ਜੀ ਅਰਦਾਸ ਜੀ ਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਾਹਿਬ ਆਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਈ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅਜੇ ਜਿਠੈ ਸਾਹਿਬ ਦੁੱਖ ਜਾਏ ਤੇਗ ਬਹਾਦਰ ਸਿੰਘ ਮੇਰੀ ਹੈ ਕਰਨ ਆਉਣ ਦਾ ਵੈ ਧਾਏ ਸਾਹਿਬ ਤੁਸੀਂ ਹੋਏ ਸਹਾਏ ਦਸਾਂ ਪਾਤਸ਼ਾਹ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ ਸਭੇ ਥਾਈ ਹੋਣਾ ਜੀ ਸਾਹਿਬ ਦਸਾਂ ਪਾਤਸ਼ਾਹ ਕੇ ਆਤਮਕ ਜੋਤ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੀ ਪਾਵਨ ਪਵਿੱਤਰ ਗੁਰਬਾਣੀ ਪਾਠ ਦਰਸ਼ਨ ਦੇ ਦਾਰ ਦਾ ਅੰਤਰ ਖਾਲਸਾ ਹੈ ਬੋਲੋ ਜੀ ਵਾਹ ਸਤਿਗੁਰੂ ਸਾਹਿਬ ਜਾਂ ਕੇ ਚਾਰ ਸਵਿਆਂ ਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸ਼ਹੀਦਾਂ ਮੁਰੀਦਾਂ ਸੀ ਸਿੰਘਾਂ ਸਿੰਘਣੀਆਂ ਭਜੰਗੀ ਭਜੰਗਣੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਜਗ੍ਹਾ ਦੇਖ ਜੁਲਾਈ ਤੇ ਗਵਾਹੀ ਦੇ ਕੇ ਆਨੰਦ ਦਿੱਟ ਕੀਤਾ ਸਮੂਹ ਸੰਤਾਂ ਭਗਤਾਵਾਂ ਪੁਰਸ਼ਾਂ ਮਾਤਾਵਾਂ ਧੰਨ ਧੰਨ ਸੰਤ ਮਹਾਰਾਜ ਸੰਤ ਬਾਬਾ ਧਰ ਸਿੰਘ ਜੀ ਮਹਾਰਾਜ ਗੁਰਸਾਗਰ ਮਾਸੂਆਣ ਵੀਹਵੀਂ ਸਦੀ ਦੇ ਅਵਤਾਰ ਨਿਤ ਅਵਤਾਰਾਂ ਦੇ ਕ੍ਰਿਸ਼ਨ ਨੂੰ ਕਾਲਣਾ ਸਭ ਕਰੜੀ ਕਮਾਈ ਦਾ ਅੰਤਰ ਕਾਲ ਸਾਹਿਬ ਆਦਿ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਪੰਜਾਂ ਤੱਕ ਸਵਾਂ ਸਤ ਗੁਰਦੁਆਰੇ ਗੁਰਧਾਮ ਹੋ ਕੇ ਝੰਡਿਆਂ ਬੂੰਗਿਆਂ ਲੰਗਰੋਂ ਜਲੂਸੋਂ ਨਗਾਰੋਂ ਤਾਂ ਸੰਸਾਦਾਂ ਜੜ ਮੇਲਿਆਂ ਸਰੋਵਰੋਂ ਤੀਰਥੋਂ ਧਾਮੋਂ ਡੇਰਿਓਂ ਗਰ ਅੰਤਰ ਖਾਲ ਸਾਹਿਬ ਬੋਲੋ ਜੀ ਵਾਹ ਆਰ ਜਾਂਗੇ ਗੁਰਸਿੱਖਾਂ ਕਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਆਪ ਗੱਲ ਪ੍ਰਵਾਹ ਗੁਰਜੇ ਹੋਏ ਨਿਮਾਣੇ ਕੇ ਮਾਨ ਸਤਿਗੁਰੂ ਨਿਤਾਣੇ ਕੇ ਤਾਣ ਸਤਿਗੁਰੂ ਨੇ ਉੱਤੇ ਕੇ ਔਰ ਸਤਿਗੁਰੂ ਨੇ ਆਸਰਿਓਂ ਕੇ ਆਸਰੇ ਸੱਚੇ ਪਿਤਾ ਅਕਾਲ ਜੀ ਸਾਹਿ ਅਕਾਲ ਸਰੂਪ ਪਿਤਾ ਗੁਰਦੇਵ ਤੰਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਧਰਮ ਬਖਸ਼ੇ ਮਹਾਨ ਮਹਾਨ ਪਰਉਪਕਾਰੀ ਪਰਮ ਪੂਜਨੀਕ ਸੰਤ ਮਹਾਰਾਜਾਂ ਨੇ ਪਰ ਬਖਸ਼ਾਂ ਕੀਤੀਆਂ ਨਗਰ ਬੜਬਰ ਸਮੂਹ ਸੰਤਾਂ ਪਰਮਤਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ ਆਪਾਂ ਨੂੰ ਪਵਿੱਤਰ ਸਥਾਨ ਤੇ ਮਹਾਨ ਪਰਉਪਕਾਰੀ ਮਹਾਂਪੁਰਸ਼ਾਂ ਨੇ ਤਿੰਨ ਦੀਵਾਨਾਂ ਦੀ ਬਖਸ਼ ਕੀਤੀ ਤੀਸਰੇ ਪਹਿਰ ਦੇ ਪਹਿਲੇ ਦੀਵਾਨ ਸੱਜਣ ਪਰਉਪਕਾਰੀ ਮਹਾਂਪੁਰਸ਼ਾਂ ਸਮੂਹ ਸੰਗਤਾਂ ਨੂੰ ਹਰ ਜਸ ਕੀਰਤ ਨੂੰ ਗਿਆਨ ਬ੍ਰਹਮ ਪ੍ਰਚਾਰ ਦੁਆਰੇ ਨਾਲ ਕੀਤਾ ਇਸ ਪਵਿੱਤਰ ਗੁਰਬਾਣੀ ਪ੍ਰਦੇਸ਼ ਦਾ ਸਾਡੇ ਕਲਯੁਗੀ ਜੀਵਾਂ ਦੇ ਕਠੋਰ ਦਿਨ ਦੇ ਵਾਸਾ ਕਰੋ ਪਰਉਪਕਾਰੀ ਮਹਾਂਪੁਰਸ਼ਾਂ ਚੜ੍ਹਦੀਆਂ ਕਲਾਂ ਬਖਸ਼ ਸੰਗਤਾਂ ਨੂੰ ਨਿਵਾਸ ਤਾਂ ਕਰਦਣ ਜੋ ਮਾਜ ਪੰਜਾਬ ਦੇ ਚਰਨਾਂ ਹਾਜ਼ਰ ਤਰਵਦੀਆਂ ਹਾਜ਼ਰ ਅੰਦਰ ਗਏ ਲਿਖੇ ਲਾ ਉਧਰੋਂ ਘਰੋਂ ਨਾਮ ਦਾ ਇਸਨਾਨ ਗੁਰਸਿੱਖੀ ਦਾ ਅਨੁਭਵ ਸੋ ਤੈਨੂੰ ਲਪੇਟਾ ਦਰ ਪੁਰਾਣ ਗੁਰੂ ਕੰਮ ਕਰੋ ਲੋ ਮਹੰਕਾਰ ਤੋਂ ਬਚਣ ਗੁਰੋ ਕਲਯੁਗ ਦੇ ਪੱਤੇ ਝੋਲਿਆਂ ਤੋਂ ਬਚਣ ਗੁਰ ਆਪਦੇ ਪਿਆਰੇ ਸੇਵਕਾਂ ਸੰਤਾਂ ਮਹਾਂਪੁਰਸ਼ਾਂ ਦੀ ਹਰ ਵੇਲੇ ਹਰ ਸਮੇਂ ਹਰ ਤਰ੍ਹਾਂ ਦੇ ਪ੍ਰਕਾਰ ਕਰਕੇ ਹਰ ਜਗ੍ਹਾ ਸਹਿਯੋਗ ਰੱਖਿਆ ਕਰਨੀ ਗੁਰੂ ਸਮੂਹ ਕਾਰਜਾਂ ਸਫਲਤਾਈ ਉਤਸਵ ਦੇ ਖਜ਼ਾਨਿਆਂ ਚੋਂ ਪ੍ਰਸ਼ਾਦ ਹਾਜ਼ਰ ਅੰਦਰ ਪ੍ਰਮਾਣ ਗੁਰੂ ਤਾਂ ਪ੍ਰਸ਼ਾਦ ਪਰਮ ਕਹਿਣਾ ਸੀ ਪ੍ਰਸਾਦ ਸੰਗਤ ਜਵਾਰ ਤੇ ਜੋ ਜਿਸ ਘਰ ਦਾ ਸਵਾਹ ਸਵਾਹ ਨਾਮ ਜਪੇ ਨਿਹਾਲਤਾਈ ਦੇ ਹੁਕਮ ਨਵੇਂ ਬਖਸ਼ ਗਏ ਨੇ ਹਲ ਕਰੋ ਸਹੀ ਗੁਰਮੁਖ ਪਿਆਰੇ ਮੇਲੋ ਜਿਹਨਾਂ ਮਿਲਾਵ ਜੀ ਦਾ ਹੀ ਨਾਮ ਚਿੱਤਾ ਹੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਇਸ ਪਵਿੱਤਰ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਰਸ਼ਨ ਪਿਆਸੀਤਵਾਨ ਨੀਤ ਵਾਹਿਗੁਰੂ ਜੀ ਤਨਾ ਸ੍ਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਰਦ